ਕਾਂਸ਼ੀ ਟੀ ਵੀ ਦੇਖ ਰਹੇ ਮੇਰੇ ਪਿਆਰੇ ਵੀਰੋ, ਮੇਰੇ ਪਿਆਰੇ ਭੈਣੋ, ਮੇਰੇ ਦੋਸਤੋ, ਮੇਰੇ ਵੱਲੋਂ ਭੂਆ ਸਿੰਘ ਵੱਲੋਂ ਆਪ ਸਭ ਜੀ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਕਾਂਸ਼ੀ ਟੀ ਵੀ ਦੇ ਪ੍ਰੋਗਰਾਮ ਫਕਦੇ ਮਸਲੇ ਵਿੱਚ ਸਵਾਗਤ ਹੈ। ਆਪ ਜੀ ਨੂੰ ਜੀ ਆਇਆਂ, ਉਮੀਦ ਕਰਦਾ ਤੁਸੀਂ ਆਪ ਸਾਰੇ ਰਾਜ਼ੀ ਖੁਸ਼ੀ ਹੋਵੋਗੇ। ਅੱਜ ਦੇ ਪ੍ਰੋਗਰਾਮ ਭਗਦੇ ਮਸਲੇ ਦੇ ਵਿੱਚ ਅਸੀਂ ਜਿਹੜੀ ਪੋਲੀਟਿਕਸ ਇੰਗਲੈਂਡ ਦੀ ਹੈ, ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਪਾਰਲੀਮੈਂਟਰੀ ਜਿਹੜਾ ਸਿਸਟਮ ਹੈ ਇੱਥੇ ਦਾ, ਉਸ ਦੀਆਂ ਲੋਕ ਜੋ ਤੁਸੀਂ ਪੰਜਾਬੀ 'ਚ ਕਹਿੰਦੇ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ, ਉਸ ਦੇ ਬਾਰੇ ਗੱਲ ਕਰਾਂਗੇ ਕਿ ਇੱਥੇ ਟੋਰੀ ਪਾਰਟੀ ਅਤੇ ਲੇਬਰ ਪਾਰਟੀ ਕਿਸ ਤਰ੍ਹਾਂ ਜਾ ਰਹੀਆਂ, ਅਤੇ ਜਾਂ ਪੋਲੀਟਿਕਸ ਅਸਲ 'ਚ ਪੋਲੀਟਿਕਸ ਹੈ ਕਿ ਇਹਨਾਂ ਨੇ ਲੇਬਰ ਜਿੱਤ ਜਾਵੇ, ਟੋਰੀ ਜਿੱਤ ਜਾਵੇ, ਲਿਬਰਲ ਆ ਜਾਣ, ਤੁਹਾਡੀ ਜ਼ਿੰਦਗੀ 'ਤੇ ਕੀ ਅਸਰ ਪੈਂਦਾ, ਇਸ ਦੇ ਬਾਰੇ ਗੱਲ ਕਰਾਂਗੇ। ਅਤੇ ਇਸ ਤੋਂ ਪਹਿਲਾਂ ਅਸੀਂ ਉਸ ਪਾਸੇ ਨੂੰ ਜਾਈਏ, ਮੈਂ ਆਪਣੇ ਸਾਥੀ ਜਸਵਿੰਦਰ ਜੀ ਨੂੰ ਜੀ ਆਇਆਂ ਕਹਿੰਦਾ। ਤੁਹਾਡਾ ਜੀ ਸ਼ੁਕਰੀਆ, ਤੁਹਾਡਾ ਤੁਹਾਡਾ ਬਹੁਤ ਧੰਨਵਾਦ ਜਸਵਿੰਦਰ ਜੀ, ਤੁਸੀਂ ਹਮੇਸ਼ਾ ਟਾਈਮ ਕੱਢ ਕੇ ਸਾਡਾ ਸਾਥ ਦਿੰਦੇ ਹੋ। ਦੋਸਤੋ, ਇਸ ਤੋਂ ਪਹਿਲਾਂ ਅਸੀਂ ਗੱਲ ਪੋਲੀਟਿਕਸ ਵੱਲੋਂ ਜਾਈਏ, ਮੈਂ ਉਹਨਾਂ ਸਾਰੇ ਭੈਣਾਂ ਨੂੰ, ਭਰਾਵਾਂ ਨੂੰ ਸ਼ਾਬਾਸ਼ ਅਤੇ ਵਧਾਈ ਦਿੰਦਾ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਮੰਦਿਰ, ਜਿਸ ਨੂੰ ਕਿ ਉਹਨਾਂ ਨੇ ਢਾਉਣ ਦੇ ਆਰਡਰ ਕੱਢ ਦਿੱਤੇ ਸੀਗੇ, ਆਪਣੀ ਜਿਹੜੀ ਜਨ ਸ਼ਕਤੀ ਆ, ਜਿਹੜੀ ਆਪਣੀ ਉਹਨਾਂ ਦੀ ਲੋਕ ਏਕਤਾ ਆ, ਉਸ ਦੇ ਜ਼ੋਰ ਨਾਲ ਉਹਨਾਂ ਨੇ ਉੱਥੇ ਦੀ ਜਿਹੜੀ ਲੋਕਲ ਸਰਕਾਰ ਆ ਉਸਨੂੰ ਝੁਕਾ ਦਿੱਤਾ, ਅਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਨਹੀਂ ਢਾਉਂਦੇ, ਜਿਹੜਾ ਕਿ ਇੱਕ ਉਹਨਾਂ ਦਾ ਗਲਤ ਸੀਗਾ। ਕਿਸੇ ਚੀਜ਼ ਨੂੰ ਢਾਉਣਾ ਗਲਤ ਹੈ, ਉਸਨੂੰ ਮੋਡਰਨਾਈਜ਼ ਕਰੋ, ਉਸ ਦੇ ਵਿੱਚ ਨਵਾਂ ਕੋਈ ਪਣ ਲਿਆਵੋ, ਨਵੀਕਰਨ ਕਰੋ, ਅਤੇ ਜਿਹੜੇ ਲੋਕ ਆ ਉਹਨਾਂ ਦੇ ਦੁੱਖ ਹਿਰਦਿਆਂ ਨੂੰ ਨਾ ਦਿਖਾਓ। ਅਤੇ ਮੈਂ ਫਿਰ 'ਚ ਉਹਨਾਂ ਨੂੰ ਸ਼ਾਬਾਸ਼ ਅਤੇ ਵਧਾਈਆਂ ਪੇਸ਼ ਕਰਦਾ, ਬਹੁਤ ਹੀ ਚੰਗਾ ਕੀਤਾ। ਦੋਸਤੋ, 4 ਜੁਲਾਈ ਨੂੰ, ਪਰਸੋਂ ਨੂੰ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੀ ਚੋਣਾਂ ਹੋਣ ਜਾ ਰਹੀਆਂ। ਜਿਹੜੀ ਹੁਣ ਤੱਕ ਰਾਜ ਕਰਦਾ ਪਾਰਟੀ ਸੀ ਉਹ ਕੰਜ਼ਰਵੇਟਿਵ ਟੋਰੀ ਪਾਰਟੀ ਜਿਹਨਾਂ ਨੂੰ ਕਹਿੰਦੇ ਹਾਂ, ਉਹ ਸੀ, ਅਤੇ ਉਹਨਾਂ ਦਾ ਲੀਡਰ, ਹੁਣ ਆਖਰੀ ਜਿਹੜਾ ਲੀਡਰ ਸੀ ਉਹ ਰਿਸ਼ੀ ਸੁਨੀਕ, ਜਿਹੜਾ ਓਰੀਜਨ ਪਿੱਛੋਂ ਇੰਡੀਆ ਨਾਲ ਜੁੜਦਾ, ਪੰਜਾਬ ਨਾਲ ਜੁੜਦਾ, ਅਤੇ ਜਿਹੜਾ ਹੁਣ ਦੋ ਪਾਰਟੀਆਂ ਦਾ ਵੱਡੀ ਟੱਕਰ ਹੈ, ਲੇਬਰ ਪਾਰਟੀ ਦੀ ਅਤੇ ਟੋਰੀ ਪਾਰਟੀ ਦੀ। ਲੇਬਰ ਪਾਰਟੀ ਜਿਹੜੀ ਲਗਭਗ 14 ਸਾਲ ਹਾਰਦੀ ਰਹੀ ਆ, ਅਤੇ ਉਹ ਇਹ ਕਹਿੰਦੇ ਵੀ ਹੁਣ ਅਸੀਂ ਜਿੱਤਣਾ ਆ, ਅਤੇ ਲੱਗਦਾ ਵੀ ਅੱਗੋਂ ਜਿੱਤੂਗੇ। ਅਤੇ ਅੱਗੇ ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਕਿ ਇੱਕ ਬੱਚੇ ਵਾਲਾ ਸਾਡਾ ਕੰਮ ਹੋ ਜਾਂਦਾ, ਜਿਹੜਾ ਆਮ ਲੋਕ ਆ ਉਹਨਾਂ ਵਿਚਾਰਿਆਂ ਨੂੰ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ ਮਾਂ ਤੋਂ 10 ਰੁਪਏ ਮੰਗੇ ਤਾਂ ਮਾਂ ਨੇ 2 ਧਰ ਦਿੱਤੀਆਂ ਤਾਂ ਉਹ ਬਾਪੂ ਕੋਲ ਜਾਂਦਾ, ਬਾਪੂ ਉਹਨੂੰ 5 ਰੁਪਏ ਦਿੰਦਾ, ਫਿਰ ਬਾਪੂ ਕੋਲ ਬੈਠਾ ਰਹਿੰਦਾ, ਫਿਰ ਥੋੜ੍ਹੇ ਚਿਰ ਮਗਰੋਂ ਫਿਰ ਮੰਗਦਾ, ਅਤੇ ਬਾਪੂ 2 ਧਰ ਦਿੰਦਾ, ਅਤੇ ਮੁੜ ਕੇ ਫਿਰ ਮਾਂ ਕੋਲ ਭੱਜਿਆ ਫਿਰਦਾ। ਇਹ ਬਿਲਕੁਲ ਇਸ ਤਰ੍ਹਾਂ ਸਾਡੇ ਨਾਲ ਹੁੰਦਾ ਇੰਡੀਆ 'ਚ ਵੀ, ਇੱਥੇ ਵੀ, ਵਰਲਡ ਵਾਈਡ। ਉਹ ਸਾਨੂੰ 2-3 ਪਾਰਟੀਆਂ ਦੇ ਵਿੱਚ ਉਹਨਾਂ ਨੇ ਘੁਮਾਉਣਾ ਹੁੰਦਾ, ਜਿਹੜੇ ਉੱਤੇ ਉਹਨਾਂ ਦੇ ਉੱਤੇ ਵਿੱਚ ਬੈਠੇ ਬੈਠੇ ਲੋਕ, ਅਤੇ ਉਹ ਲੋਕ ਕੌਣ ਨੇ, ਜਿਵੇਂ ਕਿ ਇੰਡੀਆ ਦੀ ਪੋਲੀਟਿਕਸ ਬਾਰੇ ਤੁਹਾਨੂੰ ਪਤਾ ਕਿ ਹੁਣ ਤਾਂ ਆਮ ਸਾਡੇ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਅੰਬਾਨੀ, ਅਡਾਨੀ, ਬਿਰਲੇ, ਟਾਟੇ ਅਤੇ ਜਾਂ ਹੋਰ ਕਿਸ ਤਰ੍ਹਾਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਇੰਡੀਆ ਗੌਰਮੈਂਟ ਨੂੰ ਚਲਾਉਂਦੀਆਂ, ਇੰਟਰਨੈਸ਼ਨਲ ਕਾਰਪੋਰੇਸ਼ਨਾਂ ਕਿਸ ਤਰ੍ਹਾਂ ਚਲਾਉਂਦੀਆਂ, ਅਤੇ ਇੰਗਲੈਂਡ ਵੀ ਉਹਦੇ ਨਾਲ ਕੋਈ ਫਰਕ ਨਹੀਂ ਹੈ। ਲਗਭਗ ਸਾਰੇ ਜਿਹੜੇ ਨਾ ਇੱਕੋ ਥੈਲੀ ਦੇ ਚਿੱਟੇ ਵੱਟੇ ਨੇ, WTO, IMF, ਵਰਲਡ ਬੈਂਕ, ਉਹ ਸਾਰਾ ਕੁਝ ਰਲ ਕੇ ਦੁਨੀਆ ਨੂੰ ਕੰਟਰੋਲ ਕਰਦਾ ਇਸ ਟਾਈਮ, ਅਤੇ ਉਹਦੇ ਥੱਲੇ ਸਾਰਾ ਕੁਝ ਹੁੰਦਾ ਪਿਆ। ਅਤੇ ਜਿਹੜੀਆਂ ਤੁਸੀਂ ਕੁਝ ਗੱਲਾਂ ਦੇਖਾਂਗੇ, ਆਪਾਂ ਗੱਲਾਂ ਕਰਾਂਗੇ ਕਿ ਕਿਸ ਤਰ੍ਹਾਂ ਅਸਲ ਦੇ ਵਿੱਚ ਟੋਰੀ ਪਾਰਟੀ ਦੇ ਵਿੱਚ, ਕੰਜ਼ਰਵੇਟਿਵ ਦੇ ਵਿੱਚ
ਅਤੇ ਦੂਜੇ ਲੇਬਰ ਪਾਰਟੀ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ। ਕੋਈ ਤੁਹਾਡਾ ਕੋਈ ਸਿੰਗ ਮਾਰਦਾ ਪੰਜਾਬੀ 'ਚ ਕਹਿੰਦੇ ਆ, ਅਤੇ ਕੋਈ ਪੂੰਛ ਮਾਰਦਾ। ਉਹ ਕੰਮ ਹੋਇਆ ਆ ਅਤੇ ਇਸ ਦੇ ਬਾਰੇ ਅਸੀਂ ਗੱਲ ਕਰਾਂਗੇ। ਅਤੇ ਮੈਂ ਇਹੀ ਕਹਾਂਗੇ ਜਿਹੜਾ ਸਭ ਤੋਂ ਵੱਡਾ ਜਿਹੜਾ ਤੁਹਾਨੂੰ ਸੋਚਣ ਲਈ ਤੁਹਾਡੇ ਲਈ ਜ਼ਰੂਰੀ ਆ, ਜਿਹੜੀ ਆਮ ਆਦਮੀ ਦੀ ਜਿਹੜੀ ਜ਼ਿੰਦਗੀ ਆ ਉਸ ਲਈ ਜਿਹੜਾ ਉਸ ਦੀ ਰੋਟੀ, ਉਹਦਾ ਘਰ, ਉਹਦੇ ਬੱਚਿਆਂ ਦੀ ਪੜ੍ਹਾਈ ਅਤੇ ਜਿਹੜੀ ਸਿਹਤ ਹੈ, ਹੈਲਥ ਸਰਵਿਸ ਹੈ, ਇੰਗਲੈਂਡ ਦਾ NHS ਹੈ ਜਿਹੜਾ, ਉਹ ਜ਼ਰੂਰੀ ਹੈ। ਜੇ ਸਾਡੇ ਕੋਲੋਂ ਇਹ ਖੋਲ੍ਹਿਆ ਜਾਵੇ ਜਾਂ ਅੱਧਾ ਖੋਲ੍ਹਿਆ ਜਾਵੇ ਤਾਂ ਤੁਹਾਡੀ ਹਾਲਤਾਂ ਕੀ ਬਣਦੀਆਂ ਆਪਾਂ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਡਾਕਟਰ ਦੀ, GP ਦੀ ਅਪੁਆਇੰਟਮੈਂਟ ਲੈਣ ਲਈ ਤੁਹਾਨੂੰ ਅੱਧਾ ਅੱਧਾ ਘੰਟਾ, ਪੌਣਾ ਪੌਣਾ ਘੰਟਾ ਟੈਲੀਫੋਨ ਦੇ ਕੰਢੇ ਬਹਿਣਾ ਪੈਂਦਾ ਅਤੇ ਫਿਰ ਵੀ ਨਾ ਮਿਲਦੀ ਆ। ਇਹ ਸਾਰਾ ਕੁਛ ਕਿੱਦਾਂ ਹੋ ਗਿਆ, ਕਿਹਨੇ ਕੀਤਾ, ਪਿਛਲੇ 40 ਸਾਲ ਦੇ ਵਿੱਚ, 45 ਸਾਲ ਦੇ ਵਿੱਚ ਕਿੱਥੇ ਕਿੱਥੋਂ ਆਪਾਂ ਆ ਗਏ ਹਾਂ, ਕੀ ਤੁਹਾਡਾ ਹੱਕ ਹੈ NHS ਦੇ ਉੱਤੇ? ਪਹਿਲਾਂ ਸਾਨੂੰ ਇਹ ਸੋਚਣਾ ਪਊਗਾ ਕਿ ਕੀ ਤੁਸੀਂ ਇਹ ਸੋਚਦੇ ਹੋ ਕਿ NHS ਜਿਹੜੀ ਹੈ ਜਾਂ ਐਜੂਕੇਸ਼ਨ ਤੁਹਾਡੇ ਪੈਸੇ ਨਾਲ ਚੱਲਦੀ ਆ। ਇਹ ਤੁਹਾਨੂੰ ਸੋਚਣਾ, ਤੁਹਾਡਾ ਪੂਰਾ ਉਹਦੇ ਹੱਕ ਹੈਗਾ। ਅਤੇ ਜੇ ਉਹ ਨਹੀਂ ਦਿੰਦੇ ਤਾਂ ਤੁਸੀਂ ਜਿਹੜੇ ਹੁਣ ਇੱਕ ਦਿਨ ਵਿੱਚ ਹੋਰ ਹੈ ਆਪਣੇ ਜਿਹੜੇ ਪਾਰਟੀ ਦੇ ਜਿਹੜਾ ਤੁਹਾਡੇ ਕੋਲ ਆਉਂਦਾ ਆ ਉਸ ਨੂੰ ਗੱਲ ਕਰੋ ਕਿ ਭਾਈ ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਸਾਨੂੰ ਬੱਚਿਆਂ ਦੀ ਪੜ੍ਹਾਈ, ਫ੍ਰੀ ਐਜੂਕੇਸ਼ਨ ਅਤੇ ਫ੍ਰੀ NHS ਦਵਾਈਆਂ, ਸਿਹਤ ਵਿਭਾਗ ਸਾਡਾ ਫ੍ਰੀ ਚਾਹੀਦਾ, ਔਰ ਛੇਤੀ ਚਾਹੀਦਾ। ਇਸ ਤਰ੍ਹਾਂ ਨਹੀਂ ਕਿ ਦੋ ਦੋ ਬੰਦਾ ਇਹ ਵੀ ਭੁੱਲ ਜਾਂਦਾ, ਠੀਕ ਵੀ ਹੋ ਜਾਂਦਾ, ਦੰਦ ਕਿਹੜਾ ਦੁਖਦਾ ਸੀ ਅਤੇ ਉਹਨੂੰ ਦੱਸਣਾ ਔਖਾ ਹੋ ਜਾਂਦਾ ਦੂਏ 15 ਦਿਨਾਂ ਬਾਅਦ ਵੀ ਮੈਨੂੰ ਕੀ ਪ੍ਰੋਬਲਮ ਸੀ। ਸੋ ਇਹ ਸਾਰਾ ਕੁਛ ਹੈਗਾ, ਇਸ 'ਤੇ ਗੱਲ ਕਰਾਂਗੇ। ਅਤੇ ਜਸਵਿੰਦਰ ਜੀ, ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਕੀ ਇਹ ਕੁਛ ਬਦਲੂਗਾ ਜਾਂ ਕੀ ਕਰਨਗੇ, ਅਤੇ ਜਾਂ ਕਿੰਨੀ ਕੁ ਵੋਟਾਂ ਲੈ ਲਈ ਆ ਪਾਰਟੀਆਂ? ਹਾਂਜੀ, ਦੇਖੋ ਜੀ, ਪਹਿਲੀ ਗੱਲ ਤਾਂ ਕਿ ਆਪਾਂ ਏਸ਼ੀਅਨ ਲੋਕ ਹਾਂ। ਮੈਂ ਇੱਕ ਅਕਸਰ ਇਹ ਗੱਲ ਮੈਂ ਬਹੁਤ ਹੀ ਮਹਿਸੂਸ ਕਰਦਾ ਨਾ ਕਿ ਅਸੀਂ ਇੰਡੀਆ ਦੀ ਰਾਜਨੀਤੀ ਦੇ ਵਿੱਚ ਜ਼ਿਆਦਾ ਧਿਆਨ ਰੱਖਦੇ ਹਾਂ, ਅਸੀਂ ਇੱਥੋਂ ਦੀ ਰਾਜਨੀਤੀ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ, ਕਿਉਂਕਿ ਅਸੀਂ ਹਾਂਜੀ ਬਹੁਤ ਲੈਂਗੁਏਜ, ਹਾਂਜੀ ਲੈਂਗੁਏਜ ਮਤਲਬ ਦੀ ਪ੍ਰੋਬਲਮ ਵੀ ਹੈਗੀ ਹੈ, ਪਰ ਨਹੀਂ ਹੋਰ ਬਥੇਰੇ ਸਾਧਨ ਅੱਜ ਕੱਲ੍ਹ ਤੁਸੀਂ ਇੱਥੋਂ ਦੀਆਂ ਪੋਲਿਸੀਜ਼ ਕੀ ਨੇ, ਕਿਉਂਕਿ ਜਿੱਥੇ ਅਸੀਂ ਰਹਿ ਰਹੇ ਹਾਂ ਅਸੀਂ ਸਿਰਫ ਥੋੜ੍ਹੇ ਜਿਹੇ ਵਿੱਚ ਹੀ ਖੁਸ਼ ਹਾਂ ਕਿ ਚਲੋ ਸਾਨੂੰ ਇੱਥੇ ਫ੍ਰੀ ਮੈਡੀਕਲ ਮਿਲ ਰਹੀ ਹੈ, ਪਰ ਹੌਲੀ ਹੌਲੀ ਜਿਸ ਤਰ੍ਹਾਂ ਉਹ ਸਾਰਾ ਸਿਸਟਮ ਬਦਲਦਾ ਜਾ ਰਿਹਾ, ਜਾਂ ਪਿੱਛੇ ਆਪਾਂ ਨਿਗਾਹ ਮਾਰੀਏ ਜਿੱਦਾਂ ਭਗਵੰਤ ਜੀ ਦੱਸ ਕੇ ਹਟਿਆ ਵੀ ਕਾਫੀ ਕੁਛ ਪਿੱਛੇ ਨਾਲੋਂ ਬਦਲਿਆ, ਵੀ ਪਹਿਲਾਂ ਸਾਰੇ ਸਰਕਾਰੀ ਅਦਾਰੇ ਸੀ, ਹੌਲੀ ਹੌਲੀ ਇਹ ਵੇਚੇ ਗਏ ਆ। ਔਰ ਜਿਵੇਂ ਜਿਵੇਂ ਇਹ ਆਪਾਂ ਅੱਜ ਕੱਲ੍ਹ ਪਿੱਛੇ ਇਲੈਕਸ਼ਨਾਂ 'ਚ ਇੰਡੀਆ ਬਾਰੇ ਵੀ ਰੌਲਾ ਪਾ ਰਹੇ ਸੀਗੇ, ਸਾਰੇ ਕਹਿ ਰਹੇ ਕਿ ਉੱਥੇ ਪ੍ਰਾਈਵੇਟਾਈਜੇਸ਼ਨ ਹੋ ਰਿਹਾ, ਕਾਰਪੋਰੇਟ, ਹੁਣ ਉੱਥੇ ਤਾਂ ਸਿੱਧਾ ਕੁਛ ਬੰਦਿਆਂ ਦੇ ਨਾਂ ਆਪਾਂ ਨੂੰ ਪਤਾ ਹੈ ਕਿ ਅਡਾਨੀ, ਅੰਬਾਨੀ ਜਾਂ ਹੋਰ, ਪਰ ਇੱਥੇ ਵੀ ਬਹੁਤ ਜਿਹੜੀਆਂ ਸੰਸਥਾਵਾਂ ਇਹੋ ਜਿਹੀਆਂ ਜਿਨ੍ਹਾਂ ਦੇ ਪਿੱਛੇ ਜੋ ਲੋਕ ਨੇ ਉਹ ਚੰਗੇ ਘਰਾਣਿਆਂ ਨਾਲ ਜੁੜੇ ਹੋਏ ਆ, ਔਰ ਉਹ ਜਿਹੜੇ ਉਹਦੇ ਵਿੱਚ ਸ਼ੇਅਰ ਹੋਲਡਰ ਨੇ, ਉਹ ਆਮ NHS ਲੈ ਲਓ ਜਾਂ ਆਪਣੇ ਰੇਲਵੇ ਆ ਜਾਂ ਹੋਰ ਡਿਪਾਰਟਮੈਂਟ, ਉਹ ਕਾਰਪੋਰੇਸ਼ਨਾਂ ਬਣੀਆਂ ਹੋਈਆਂ, ਉਹਦੇ ਵਿੱਚ ਵੀ ਜਿਹੜਾ ਹੈਗਾ ਸਾਰਾ ਕੁਛ ਕਿਵੇਂ ਚੱਲ ਰਿਹਾ। ਔਰ ਉਹਦੇ 'ਚ ਮੈਂ ਇਸ ਗੱਲ 'ਤੇ ਹੈਰਾਨ ਹਾਂ, ਕਦੇ ਵੀ ਕੋਈ ਚੀਜ਼ ਅਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਠੇਕੇ 'ਤੇ ਦਿੰਦੇ ਹਾਂ ਤਾਂ ਉਹ ਠੇਕੇਦਾਰ ਕੁਛ ਨਾ ਕੁਛ ਵਿੱਚ ਉਹ ਖਾਏਗਾ ਜ਼ਰੂਰ, ਫੇਰ ਹੀ ਉਹ ਉਹਨੂੰ ਚਲਾਏਗਾ, ਨਹੀਂ ਤਾਂ ਉਹ ਕਦੇ ਵੀ ਨਹੀਂ ਚਲਾ ਸਕਦਾ ਗਾ, ਕਿਉਂਕਿ ਉਹਨੂੰ ਜੇ ਕੋਈ ਪ੍ਰੋਫਿਟ ਮਿਲੂਗਾ ਤਾਂ ਹੀ ਉਹ ਚਲਾਊਗਾ। ਬੇਸਿਕ ਸਾਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਕਿ ਕਿਹੜੀ ਪਾਰਟੀ ਆ, ਉਹਦੀਆਂ ਕੀ ਪੋਲਿਸੀਜ਼ ਆ, ਉਹ ਅੱਗੇ ਕੀ ਕਰਨਾ ਚਾਹੁੰਦੀ ਹੈ, ਅਸੀਂ ਇਹਦੇ ਵੱਲੋਂ ਬਹੁਤ ਅਵੇਸਲੇ ਰਹਿੰਦੇ ਹਾਂ। ਜਿੰਨਾ ਚਿਰ ਅਸੀਂ ਇੱਥੇ ਦੀ ਰਾਜਨੀਤੀ ਨੂੰ ਅਸੀਂ ਤਾਂ ਹੀ ਸਮਝ ਸਕਾਂਗੇ ਜੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਦਾ ਐਨਾਲਿਸਿਸ ਕਰਾਂਗੇ ਕਿ ਇਹਦੇ ਪਿੱਛੇ ਕੀ ਆ। ਬਹੁਤੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ, ਮੇਰਾ ਖਿਆਲ ਹੈ ਜਿਹੜੇ ਸਾਡੇ ਏਸ਼ੀਅਨ ਖਾਸ ਕਰਕੇ, ਕਿ NHS ਸਰਕਾਰੀ ਆ ਜਾਂ ਪ੍ਰਾਈਵੇਟ ਆ, ਰੇਲਵੇ ਪ੍ਰਾਈਵੇਟ ਆ ਜਾਂ ਸਰਕਾਰੀ ਆ, ਏਅਰਪੋਰਟ ਇੱਥੇ ਸਰਕਾਰੀ ਆ ਜਾਂ ਪ੍ਰਾਈਵੇਟ ਆ, ਕਿਉਂਕਿ ਇਹ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਡੀਪਲੀ ਸਮਝਣੀਆਂ ਚਾਹੀਦੀਆਂ, ਆਮ ਲੋਕਾਂ ਦੇ ਲਈ ਜ਼ਰੂਰੀ ਆਏਗਾ। ਹਾਂ, ਕੌਲ ਵਾਲੇ, ਹਾਂਜੀ ਦੋਸਤੋ, ਸਾਡਾ ਇਹ ਪ੍ਰੋਗਰਾਮ ਲਾਈਵ ਹੈ, ਤੁਸੀਂ ਇਸ ਦੇ ਵਿੱਚ ਹਿੱਸਾ ਲੈ ਸਕਦੇ ਹੋ।
ਤੁਹਾਡੇ ਕੋਈ ਵੀ ਵਿਚਾਰ ਨੇ ਕਿਸੇ ਪਾਰਟੀ ਨਾਲ ਸੰਬੰਧਿਤ ਹੋ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਡਿਫਰੈਂਸਿਸ ਦੱਸ ਸਕਦੇ ਹੋ, ਕਿਸ ਤਰ੍ਹਾਂ ਇਸ ਮੁਲਕ ਨੂੰ ਸੁਧਾਰਿਆ ਜਾ ਸਕਦਾ, ਕਿਸ ਤਰ੍ਹਾਂ ਜ਼ਿੰਦਗੀ ਵਧੀਆ ਕੀਤੀ ਜਾਵੇ ਆਮ ਆਦਮੀ ਦੀ। ਸਾਨੂੰ ਕਾਲ ਕਰਨ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 03-00-770-2246 'ਤੇ ਸਾਨੂੰ ਫੋਨ ਕਰਕੇ ਕਾਲ ਕਰ ਸਕਦੇ ਹੋ। ਹਾਂਜੀ ਕਾਂਸੀ ਟੀ ਵੀ ਦਾ ਸਵਾਗਤ ਹੈ ਜੀ ਆਪਦਾ। ਸਤਿ ਸ਼੍ਰੀ ਅਕਾਲ ਭਗਵੰਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਮਹਾਰਾਜ। ਐਂਡ ਸਤਿ ਸ਼੍ਰੀ ਅਕਾਲ ਆਪਣੇ ਦੂਸਰੇ ਭਾਈ ਸਾਹਿਬ। ਹਾਂਜੀ ਜਸਵਿੰਦਰ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਤਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਜਿਹੜਾ ਟੋਪਿਕ ਚੁਣਿਆ ਹੈਗਾ ਅੱਛਾ ਹੈਗਾ। ਹਾਂਜੀ, ਤਾਂ ਕਿ ਵਕਤ ਹੈਗਾ ਕਿ ਆਪਾਂ ਕੋਈ ਨਾ ਕੋਈ ਮਤਲਬ ਸਲਾਹ ਦੇ ਸਕੀਏ। ਜ਼ਰੂਰ ਜੀ। ਜਿਹੜੀ ਇੱਕ ਗੱਲ ਮੈਨੂੰ ਬੜੀ ਅੱਛੀ ਲੱਗੀ ਭਾਈ ਸਾਹਿਬ ਨੇ ਜੋ ਕਹੀ ਆ। ਹਾਂਜੀ, ਉਹ ਕਹਿੰਦੇ ਵੀ ਅਸੀਂ ਇਸ ਮੁਲਕ ਦੀ ਪੋਲੀਟਿਕਸ ਤੋਂ ਬਾਹਲੀ ਦਿਲਚਸਪੀ ਨਹੀਂ ਰੱਖਦੇ। ਹਾਂਜੀ, ਪਰ ਇੰਡੀਆ 'ਚ ਜਾ ਕੇ, ਪੰਜਾਬ ਜਾ ਕੇ ਜ਼ਰੂਰ ਆਪਣੀਆਂ ਲੱਤਾਂ ਉਡਾਉਂਦੇ ਹਾਂ। ਬਿਲਕੁਲ ਹਾਂ, ਠੀਕ ਹੈ, ਮਤਲਬ ਅਸਰ ਤਾਂ ਸਾਡੇ 'ਤੇ ਹੈਗਾ ਪੰਜਾਬ ਦਾ, ਇੰਡੀਆ ਦਾ। ਹਾਂਜੀ, ਪਰ ਅਸਲ ਸਾਡਾ ਮੁਲਕ ਆ ਆ। ਹਾਂਜੀ ਬਿਲਕੁਲ, ਜਿੱਥੇ ਤੁਸੀਂ ਰਹਿੰਦੇ ਹੋ। ਕਹਿੰਦਾ ਵੀ ਜੇ ਇਹ ਮੁਲਕ ਤਰੱਕੀ ਕਰਦਾ ਨਾ, ਹਾਂਜੀ, ਤਾਂ ਸਾਡਾ ਫਿਊਚਰ ਵੀ ਸੇਫ ਆ ਅਤੇ ਸਾਡੇ ਬੱਚਿਆਂ ਦਾ ਫਿਊਚਰ ਵੀ ਸੇਫ ਆ। ਹਾਂਜੀ, ਅਤੇ ਇੱਕ ਦਿਨ ਬਾਈ ਜੋ ਕਿ ਮੈਂ ਗੱਲ ਕੀਤੀ ਸੀ ਬਈ ਅਸੀਂ ਜੈ ਭਾਰਤ ਕਰਦੇ ਰਹਿੰਦੇ ਹਾਂ, ਅਸਲ ਤਾਂ ਜੈ ਭਾਰਤ ਜਿਹੜੀ ਜੈ ਆ ਅਸੀਂ ਇਸ ਮੁਲਕ ਦੀ ਬੋਲਣੀ ਆ, ਕਿਉਂਕਿ ਇਸ ਮੁਲਕ ਦੀ ਜਿਹੜੀ ਖੁਸ਼ਹਾਲੀ ਆ ਉਹ ਸਾਡੀ ਖੁਸ਼ਹਾਲੀ ਆ। ਮੈਂ ਤੇ ਜੋ ਕਿ ਗੱਲ ਕੀਤੀ ਸੀ, ਕੋਈ ਸੀਰੀਅਸਲੀ ਨਹੀਂ ਸੀ ਗੱਲ ਕੀਤੀ, ਪਰ ਹੈ ਵੀ ਰਿਐਲਿਟੀ ਇਹਦੇ ਵਿੱਚ। ਹਾਂਜੀ ਹਾਂਜੀ, ਭਗਵੰਤ ਸਿੰਘ, ਇਸ਼ੂ ਜਿਹੜੇ ਇਸ ਵੇਲੇ ਕੰਟਰੀ ਦੀ ਸਿਚੁਏਸ਼ਨ ਜਿਹੜੀ ਆ ਨਾ, ਹਾਂਜੀ, ਉਹ ਬਹੁਤ ਖਰਾਬ ਹੈ। ਕੋਈ ਵੀ ਪਾਰਟੀ ਦੇ ਅੱਜ ਤੁਸੀਂ ਯਕੀਨ ਨਹੀਂ ਕਰ ਸਕਦੇ। ਲੇਬਰ ਪਾਰਟੀ ਦੇ ਵੀ ਬਹੁਤ ਅੱਛੇ ਕੰਮ ਕੀਤੇ ਆ, ਉਹਨਾਂ ਨੇ ਸਾਨੂੰ ਸਭ ਕੋਲ ਰਾਈਟ ਲੈ ਕੇ ਦਿਆ। ਅੱਜ ਜੋ ਅਸੀਂ ਸਾਡੇ ਕੋਲ ਫਰੀਡਮ ਆ, ਜੋ ਸਾਡੇ ਕੋਲ ਲੇਬਰ ਦੇ ਰਾਈਟਸ ਆ, ਜੋ ਸਾਨੂੰ ਫੈਸਿਲਿਟੀਜ਼ ਮਿਲ ਰਹੀਆਂ, ਉਹਦੇ ਅਸੀਂ ਬਹੁਤ ਗ੍ਰੇਟਫੁਲ ਹਾਂ। ਉਹ ਸਿਰਫ ਲੇਬਰ ਪਾਰਟੀ ਦੇ ਸਕਦੀ ਸੀਗੀ, ਹੋਰ ਨੇ ਕਿਸੇ ਨੂੰ ਦਿੱਤਾ। ਹਾਂਜੀ, ਇਸ ਮੁਲਕ ਦੀ ਜਿਹੜੀ ਡਿਟੇਰੀਏਸ਼ਨ ਸ਼ੁਰੂ ਹੋਈ ਆ ਭਗਵੰਤ ਸਿੰਘ, ਹਾਂਜੀ, ਉਹ ਆਈ ਆ ਜਿਸ ਵੇਲੇ ਮਿਸਿਸ ਥੈਚਰ ਇਸ ਮੁਲਕ 'ਚ ਆਈ। ਹਾਂਜੀ, ਉਹ ਬਹੁਤ ਕੈਪੀਟਲਿਸਟ ਮਾਈਂਡਡ ਔਰਤ ਸੀਗੀ। ਤੁਹਾਨੂੰ ਯਾਦ ਹੋਣਾ ਕਿ ਜਿਸ ਵੇਲੇ ਸਾਊਥ ਅਫਰੀਕਾ ਦੀ ਨਾ ਫਾਈਟ ਨਾਲ ਸਟਰਗਲ ਚੱਲ ਰਹੀ ਸੀ ਭਾਰਤੀ ਨੂੰ ਖਤਮ ਕਰਨ ਵਾਸਤੇ, ਹਾਂਜੀ, ਉਹ ਇੱਕ ਔਰਤ ਸੀ ਇਸ ਮੁਲਕ ਦੀ ਪ੍ਰਾਈਮ ਮਿਨਿਸਟਰ, ਜਿਹੜੀ ਕਿ ਅਪਾਰਥੀਡ ਦੇ ਹੱਕ ਸੀ, ਔਰ ਉਹਨੇ ਜਿਹੜੇ ਸਟੂਡੈਂਟਸ ਲੰਡਨ ਦੇ ਵਿੱਚ ਡੈਮੋਸਟ੍ਰੇਸ਼ਨ ਕਰਦੇ ਸੀਗੇ, ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ, ਉਹਨਾਂ ਨੂੰ ਬੜੀ ਤਰ੍ਹਾਂ ਚੰਗੀ ਤਰ੍ਹਾਂ ਉਹਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ, ਉਹ ਔਰਤ ਇੱਕ ਹੱਕ ਵਿੱਚ ਸੀਗੀ। ਉਹ ਇਸ ਟਾਈਪ ਦੀ ਨੇਚਰ ਦੀ ਉਹ ਔਰਤ ਸੀਗੀ। ਹਾਂਜੀ, ਜਿਹਨੇ ਜਿੰਨੀਆਂ ਵੀ ਮਤਲਬ ਪ੍ਰੋਪਰਟੀ ਸੀ, ਜਿਹਨੂੰ ਜਿਹੜੀਆਂ ਨੈਸ਼ਨਲ ਐਸੈਟ ਸੀਗੇ ਮੁਲਕ ਦੇ, ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ, ਵੇਚ ਦਿੱਤਾ ਸਾਰਾ ਕੁਛ। ਹਾਂਜੀ, ਉਹਦਾ ਰਿਜ਼ਲਟ ਜਿਹੜਾ ਆਪਾਂ ਅੱਜ ਭੋਗ ਰਹੇ ਹਾਂ, ਯੂਨੋ, ਗ੍ਰੈਜੂਅਲੀ ਉਹਦਾ ਰਿਜ਼ਲਟ ਆਪਾਂ ਅੱਜ ਭੇਜ ਰਹੇ ਹਾਂ। ਕੋਈ ਵੀ ਜਿਹੜੀ ਮੁਲਕ ਦੀ ਗੈਸ ਹੋਇਆ, ਇਲੈਕਟ੍ਰਿਕ ਹੋਇਆ, ਟੈਲੀਫੋਨ ਜੋ ਵੀ ਤੂੰ ਲਾ ਲਾ, ਪਾਣੀ ਵੀ, ਹਾਂਜੀ, ਨੇਸ਼ਨ ਦੇ ਕੀਮਤੀ ਗਹਿਣੇ ਸੀਗੇ, ਉਸ ਔਰਤ ਨੇ ਗਹਿਣੇ ਰੱਖ ਦਿੱਤੇ। ਉਹ ਇਸੇ ਕਰਕੇ ਅਸੀਂ ਸਫ਼ਰ ਕਰ ਰਹੇ ਹਾਂ, ਜਦ ਮਰਜ਼ੀ ਗੈਸ ਦਾ ਬਿੱਲ ਵਧਾਉਂਦੇ ਆ, ਜਦ ਮਰਜ਼ੀ ਇਲੈਕਟ੍ਰਿਕ ਦਾ, ਯਾਨੀ ਕਿਸੇ ਚੀਜ਼ 'ਤੇ ਕੰਟਰੋਲ ਨਹੀਂ ਗਾ। ਉਹਦੇ ਨਾਲ ਫਿਰ ਮਤਲਬ ਜਿਹਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਖੜਾ ਹੋਈਆਂ ਔਰ ਹੋ ਰਹੀਆਂ ਹੈਗੀਆਂ। ਹਾਂਜੀ, ਦੂਸਰੀ ਗੱਲ ਕਿ ਜਿਹੜੀ ਯੂਨੀਅਨ ਸੀਗੀ, ਉਹਨਾਂ ਨੇ ਸਾਨੂੰ ਹੱਕ ਲੈ ਕੇ, ਅਤੇ ਜੋ ਵੀ ਆਪਾਂ ਅੱਜ ਇੱਥੇ ਖੁਸ਼ਹਾਲ ਦਿੰਦੇ ਹਾਂ, ਉਹ ਬੜੀ ਉਹਨੇ ਫਾਈਟ ਕੀਤੀ, ਅਤੇ ਉਹਨਾਂ ਨੇ ਪਹਿਲਾਂ ਮਿਸਟਰ ਥੈਚਰ ਨੇ ਜਿੱਦਾਂ ਕਾਰਗਿਲ ਦੀ ਗੱਲ ਕੀਤੀ, ਮਾਈਨਰ ਨੂੰ ਦਬਾਇਆ, ਬਹੁਤ ਬੁਰੀ ਤਰ੍ਹਾਂ ਦਬਾਇਆ ਗਿਆ। ਹਾਂਜੀ, ਜਿਹੜੀ ਜਿੱਦਾਂ ਤੁਸੀਂ ਗੱਲ ਕਹੀ ਆ ਕਿ ਜਿਹੜਾ ਕੈਪੀਟਲ ਸੋਚ ਹੈ ਨਾ ਭਗਵੰਤ ਸਿੰਘ, ਹਾਂਜੀ,
ਉਹ ਕਿਸੇ ਮੁਲਕ 'ਚ ਵੀ ਲੈ ਜਾ, ਉਹ ਇੱਕੋ ਹੀ ਆ, ਕੋਈ ਫਰਕ ਨਹੀਂ ਹੈਗਾ। ਜਿੰਨਾ ਚੱਕ ਅਸੀਂ ਮਤਲਬ ਕਿ ਨਾ ਇਸ ਕੈਪੀਟਲਿਸਟ ਸਿਸਟਮ ਨੂੰ ਇਸ ਤਰੀਕੇ ਨਾਲ ਦੁਨੀਆ 'ਚ ਇਸ ਵੇਲੇ ਇਸਟੈਬਲਿਸ਼ ਹੋ ਚੁੱਕਾ ਕਿ ਇਹਨੇ ਮਤਲਬ ਆਮ ਆਦਮੀਆਂ ਨੂੰ ਚੰਗੀ ਤਰ੍ਹਾਂ ਰੋਟੀ ਨਹੀਂ ਖਾਣ ਦੇਣੀ, ਇਹ ਸਟਰਗਲ ਬਹੁਤ ਸਟਰੋਂਗ ਹੈ। ਹੁਣ ਸਾਨੂੰ ਇਸ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ, ਮੈਂ ਕਹਿੰਦਾ ਕੋਈ ਸਹੀ ਆਦਮੀ ਆ ਜਾ, ਮੈਨੂੰ ਮੈਂ ਜਿਸ ਵੇਲੇ ਸਨਕ ਚ ਕਹਿੰਦਾ ਰਿਸ਼ੀ ਸਨਕ ਕਹਿੰਦਾ ਪ੍ਰਾਈਮ ਮਿਨਿਸਟਰ ਬਣਿਆ, ਹਾਂਜੀ, ਤੇ ਹੋ ਸਕਦਾ ਮੈਂ ਸੈਂਟੀਮੈਂਟਲੀ ਐਕਸਪ੍ਰੈਸ ਕੀਤਾ ਕਿ ਮੈਨੂੰ ਬੜੀ ਖੁਸ਼ੀ ਸੀ ਕਿ ਸਾਡਾ ਹਿੰਦੁਸਤਾਨ ਓਰੀਜਨ ਦਾ ਆਦਮੀ ਇੱਕ ਪ੍ਰਾਈਮ ਮਿਨਿਸਟਰ ਬਣਿਆ। ਮੈਂ ਨਹੀਂ ਕਹਿੰਦਾ ਕੋਈ ਕੌਣ ਆ, ਪਰ ਉਹ ਵੀ ਜਿਸ ਤਰੀਕੇ ਦੀ ਪੋਲਿਟਿਕਸ ਖੇਲ ਰਿਹਾ ਨਾ, ਉਹ ਵੀ ਮਤਲਬ ਮੋਦੀ ਪੋਲਿਟਿਕਸ ਖੇਲ ਰਿਹਾ, ਜਿਹੜੀ ਬੜੀ ਖਤਰਨਾਕ ਚੀਜ਼ ਆ। ਤਾਂ ਮਤਲਬ ਕਿ ਨਾ ਉਹ ਹਿੰਦੂਆਂ ਦੇ ਮੰਦਰ ਜਾਂਦਾ, ਉੱਥੇ ਹਾਰ ਪਾਉਂਦਾ, ਉਹੋ ਹੀ ਚਲਾਓ ਕਰਦਾ ਜੋ ਮੋਦੀ ਕਰ ਰਿਹਾ। ਹਾਂਜੀ, ਮੈਂ ਨਹੀਂ ਕਹਿੰਦਾ ਵੀ ਤੁਸੀਂ ਉਹਨੂੰ ਨਾ ਵੋਟ ਪਾ, ਮੈਂ ਨਹੀਂ ਕਿਸੇ ਨੂੰ ਕਹਿੰਦਾ ਰਾ, ਪਰ ਸਾਨੂੰ ਸੋਚਣਾ ਪੈਣਾ ਹੈਗਾ ਵੀ ਆਇਆ ਅਸੀਂ ਉਹੋ ਹੀ ਮਤਲਬ ਜਿਹਨੂੰ ਉਹੋ ਹੀ ਜਿਹਨੂੰ ਧਾਰਮਿਕ ਕਿਸਮ ਦੇ ਲੋਕ ਇੱਥੇ ਲਿਆਉਣੇ ਆ, ਜਾਂ ਮਤਲਬ ਸੈਕੁਲਰ ਸੋਚ ਦੇ ਇਸ ਮੁਲਕ 'ਚ ਲੋਕ ਲਿਆਉਣੇ ਆ। ਇਸ ਮੁਲਕ ਸਾਨੂੰ ਇਹ ਗੱਲ ਚਾਹੀਦੀ ਆ ਵੀ ਅਸੀਂ ਧਰਮ ਮਜ਼ਹਬ ਰੇਸ ਔਰ ਕਿਹੜੀ ਨੈਸ਼ਨੈਲਿਟੀ ਦਾ ਕਿਸ 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 ਜਿਹਨੂੰ ਖਿੱਤੇ 'ਚੋਂ ਆਦਮੀ ਆਉਂਦਾ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਗਾ। ਮਤਲਬ ਕਿ ਨਾ ਇਹ ਨਹੀਂ ਕਹਿੰਦਾ ਵੀ ਇਹ ਇੰਡੀਅਨ ਆ ਤੇ ਇਹ ਰਿਸ਼ੀ ਆ ਤੇ ਹਿੰਦੂ ਆ, ਅਸੀਂ ਇਹਨੂੰ ਵੋਟ ਪਾਉਣੀ ਨਹੀਂ। ਮੈਂ ਹਰ ਇੱਕ ਨੂੰ ਕਹਿੰਦਾ ਉਸ ਇਨਸਾਨ ਨੂੰ ਵੋਟ ਪਾਓ ਜਿਹੜਾ ਤੁਹਾਡੇ ਹੈਲਥ ਵਾਸਤੇ, ਤੁਹਾਡੀ ਐਜੂਕੇਸ਼ਨ ਵਾਸਤੇ, ਤੁਹਾਡੇ ਘਰਾਂ ਵਾਸਤੇ, ਤੁਹਾਡੇ ਜਿਹਨੂੰ ਹੈਲਥ ਵਾਸਤੇ, ਇਹ ਜਿਹੜੀਆਂ ਤੁਹਾਨੂੰ ਜ਼ਰੂਰੀ ਚੀਜ਼ਾਂ ਹੋਈਆਂ ਉਹਨਾਂ ਵਾਸਤੇ ਫਾਈਟ ਕਰੇ, ਸਟੈਂਡ ਕਰੇ। ਸੁਮਨ ਜੀ, ਇੱਕ ਗੱਲ ਹੈਗੀ ਆ, ਇੱਕ ਗੱਲ ਇੱਕ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਟੋਰੀ ਪਾਰਟੀ ਆ, ਜਿਹੜੀ ਥੈਚਰ ਆ, ਉਹਨੇ 1979 ਤੋਂ ਜੂੰ ਪ੍ਰਾਈਵੇਟਾਈਜ਼ ਸ਼ੁਰੂ ਕੀਤੀ ਹੈ, ਜਿਹੜਾ ਕਿ ਉਹਦਾ PFI ਪ੍ਰਾਈਵੇਟ ਫਾਈਨੈਂਸ਼ੀਅਲ ਇਨੀਸ਼ੀਟਿਵ ਦਾ ਜਿਹੜਾ ਉਹਦਾ ਮਕਸਦ ਸੀ, ਜਿਹੜਾ ਉਹਨੇ ਇੱਕ ਪੋਲਿਸੀ ਲਿਆਂਦੀ ਸੀ, ਜਿਹੜੀ ਹਸਪਤਾਲਾਂ 'ਚ ਕੀ ਸਾਰੇ ਕਿਤੇ ਉਹਨੇ ਕੀਤੀ ਜਿਹਨੇ ਪ੍ਰਾਈਵੇਟਾਈਜ਼ ਹੋਈ ਆ, ਅਤੇ ਜਿਸ ਨਾਲ ਲੇਬਰ ਪਾਰਟੀ ਵੀ ਆਈ ਹੈ, ਮਗਰੋਂ ਉਹਨਾਂ ਨੇ ਕਦੇ ਉਹਨੂੰ ਪ੍ਰਾਈਵੇਟਾਈਜ਼ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਲੇਬਰ ਪਾਰਟੀ ਹੈ ਜਿਹਨੇ ਜਿਹੜੀ ਆਪਣੀਆਂ ਹਾਈ ਐਜੂਕੇਸ਼ਨ ਸੀ, ਉਹ ਫੀਸ ਜਿਹੜੀ ਬੱਚੇ ਇਸ ਟਾਈਮ ਯੂਨੀਵਰਸਿਟੀ ਦਾ ਦਿੰਦੇ ਪਏ ਨੇ 13,000-14,000, ਉਹ ਲੇਬਰ ਪਾਰਟੀ ਦੀ ਦੇਣ ਆ, ਅਤੇ ਟੋਰੀ ਪਾਰਟੀ ਦੇ ਉਹਦੇ ਵਿੱਚ ਕਈ ਵਾਰ ਲੱਗਦਾ ਹੁੰਦਾ ਕਿ ਕੋਈ ਫਰਕ ਨਹੀਂ, ਖਾਸ ਜਿਹੜਾ ਮਰਜ਼ੀ ਆਵੇ ਅਤੇ ਸਾਨੂੰ ਤਾਂ ਇਹਨਾਂ ਨੇ ਵਾਹੁਣਾ ਹੀ ਆ। ਭਗਵੰਤ ਸਿੰਘ, ਜਿਹੜੀ ਇਹਨਾਂ ਮਤਲਬ ਕੈਪੀਟਲਿਸਟ ਸਿਸਟਮ ਦੀ ਸੋਚ ਆ, ਹਾਂਜੀ, ਉਹਨੇ ਤਾਂ ਤੁਹਾਨੂੰ ਦਬਾਉਣਾ ਹੀ ਆ। ਹਾਂਜੀ, ਤੁਹਾਨੂੰ ਮਾੜੀ ਜਿਹਾ ਕੈਰਟ ਦੇਣੀ ਆ, ਪਰ ਤੁਹਾਨੂੰ ਪ੍ਰੋਪਰ ਰੋਟੀ ਨਹੀਂ ਦੇਣੀ। ਹਾਂਜੀ, ਕਿਉਂਕਿ ਉਹਨੇ ਤੁਹਾਨੂੰ ਇਸੇ ਤਰੀਕੇ ਨਾਲ ਰੱਖਣਾ, ਇਹ ਤੁਹਾਡੀ ਆਪਣੀ ਚੋਇਸ ਆ, ਉਹ ਰੱਖਦੇ ਆਏ ਨੇ। ਮੈਂ ਤਾਂ ਭਗਵੰਤ ਸਿੰਘ, ਮੈਂ ਤਾਂ ਤੈਨੂੰ ਉਮਰ ਨਾਲੋਂ ਕਾਫੀ ਵੱਡਾ ਹੈਗਾ। ਹਾਂਜੀ, ਥੈਂਕ ਯੂ। ਮੈਂ ਭਗਵੰਤ ਸਿੰਘ ਉਹ ਵੀ ਟਾਈਮ ਦੇਖਿਆ ਵੀ ਜਿਸ ਵੇਲੇ ਅਸੀਂ ਡਾਕਟਰ ਦੇ ਜਾਂਦੇ ਸੀ ਨਾ, 1963 'ਚ ਮੈਂ ਆਇਆ ਹੈ। ਹਾਂਜੀ, ਤੁਸੀਂ ਯਕੀਨ ਕਰ ਭਗਵੰਤ ਸਿੰਘ, ਜਦ ਅਸੀਂ ਡਾਕਟਰ ਦੀ ਸਰਜਰੀ ਜਾਂਦੇ ਸੀ ਨਾ, ਤਾਂ ਡਾਕਟਰ ਉੱਠ ਕੇ ਖੜਾ ਹੁੰਦਾ ਸੀ ਤੁਹਾਨੂੰ ਹੈਂਡਸ਼ੇਕ ਕਰਨ ਵਾਸਤੇ, ਦੱਸ ਮੈਂ ਤੇਰੇ ਲਈ ਕੀ ਕਰ ਸਕਦਾ। ਤੇ ਦੱਸੋ ਹੁਣ ਦੇਖਣ ਨੂੰ ਨਹੀਂ ਮਿਲਦਾ ਜੀਪੀ। ਯਕੀਨ ਕਰੋ ਕਿ ਮੇਰਾ ਜਿਹੜਾ ਡੈਂਟਿਸਟ ਸੀਗਾ, ਬਹੁਤ ਦੇਰ ਹੈ ਇੰਡੀਅਨ ਸੀਗਾ, ਉਹ 13 ਪਾਉਂਡ ਲੈਂਦਾ ਸੀ ਮੇਰੇ ਸਾਰੇ ਮਤਲਬ ਦੰਦਾਂ ਨੂੰ ਕਲੀਨ ਕਰਨ ਵਾਸਤੇ, ਸਰਵਿਸ ਕਰਨ ਕੇ ਜੋ ਵੀ ਚਾਹੁੰਦੇ ਹੈਗੀਆਂ ਹੈ ਡਾਕਟਰ। ਅੱਜ ਨਾ ਉਹ ਸਾਰੀ ਜਿਹੜੀ ਖਾਸ ਕਰ ਭਗਵੰਤ ਸਿੰਘ, ਤੁਹਾਨੂੰ ਬਹੁਤ ਪੈਗਾ, ਦੇਖੋ ਆਪਾਂ ਡੈਂਟਿਸਟਰੀ ਨੂੰ ਆਪਾਂ ਇਗਨੋਰ ਕਰ ਰਹੇ ਹਾਂ। ਬਿਲਕੁਲ, ਇੱਕ ਬਹੁਤ ਵੱਡੀ ਜ਼ਰੂਰਤ ਹੈ ਤੁਹਾਡੇ ਵਾਸਤੇ, ਖਾਸ ਕਰਕੇ ਬਜ਼ੁਰਗਾਂ ਦੀ, ਪੈਨਸ਼ਨਰਾਂ ਦੀ। ਹਾਂਜੀ, ਇਹ ਬਹੁਤ ਤੁਹਾਨੂੰ ਖਰਾਬ ਕਰ ਸਕਦੇ ਆ, ਔਰ ਤੁਸੀਂ ਅੱਜ ਡਾਕਟਰ ਡੈਂਟਿਸਟ ਨੂੰ ਅਫੋਰਡ ਹੀ ਨਹੀਂ ਕਰ ਸਕਦੇ। ਸਹੀ ਗੱਲ, ਤੁਸੀਂ ਯਕੀਨ ਕਰ, ਮੈਨੂੰ ਨਾ ਮੇਰੇ ਡੈਂਟਿਸਟ ਦੀ ਮੈਨੂੰ ਕਹਿੰਦਾ ਵੀ ਚੈੱਕ ਵਾਸਤੇ ਆਈ, ਥੋੜ੍ਹੀ ਜਿਹੀ ਗੱਲ ਸਾਲਕ ਨਹੀਂ ਗੱਲ ਹੈ, ਉਹ ਕਹਿੰਦਾ ਵੀ ਆਰਡਨਰੀ ਚੈੱਕ ਵਾਸਤੇ ਵੀ ਕੌਣ ਕੀ ਕਹਿੰਦੇ ਹਾਈਜੀਨਿਕ ਚੈੱਕ ਹੈ। ਭਗਵੰਤ ਸਿੰਘ, ਮੈਨੂੰ ਕੁਛ ਨਹੀਂ ਸੀ ਪਤਾ, ਉਹ ਮੈਂ ਉੱਥੇ ਚਲਾ ਗਿਆ, ਉਹਨੇ ਉਹੀ ਕਲੀਨਿਕ ਕੀਤੀ ਜਿਹੜੀ ਕਿ ਪਹਿਲਾਂ ਡਾਕਟਰ ਕਰਦਾ ਹੁੰਦਾ ਸੀਗਾ,
ਤਾਂ ਜਦ ਉਹਨੇ ਫੀਸ ਮੇਰੇ ਤੋਂ ਮੰਗੀ ਤਾਂ ਕਹਿੰਦੀ 80 pounds ਉਹਦੀ ਮਤਲਬ ਨੈਸ਼ਨਲ ਹੈਲਥ ਸਰਵਿਸ ਤੇ ਹੈ ਤੇ ਮੈਨੂੰ ਹੁਣ ਉਹਨਾਂ ਦੀ ਨਾ ਟੈਲੀਫੋਨ ਆਉਂਦਾ ਰਹਿੰਦਾ ਕਿ ਤੇਰੀ ਹਾਈਜੀਨ ਡਿਊ ਹੈਗੀ ਆ ਤੇ ਮੈਂ ਉਹਨਾਂ ਉਹਨਾਂ ਜਿਹੜਾ ਮਤਲਬ ਮੂੰਹ ਕੋਲ ਸੱਠ ਲਫ਼ਜ਼ ਨਿਕਲਣ ਲੱਗਾ ਸੀਗਾ ਪ੍ਰਾਈਵੇਟ ਹੋ ਚੁੱਕੀ ਆ ਹਸਪਤਾਲਾਂ ਦੇ ਵਿੱਚ ਜਿਹਨੂੰ ਬਹੁਤ ਭੈੜੀ ਹਾਲਤ ਆ ਮੈਂ ਕਹਿੰਦਾ ਇਹਨੂੰ ਹੱਲ ਜਿਹੜੀ ਆ ਨਾ ਇਹ ਲੇਬਰੀ ਗੌਰਮੈਂਟ ਕਰ ਸਕਦੀ ਆ ਸਾਰੇ ਦੋਸਤੋ ਥੈਂਕ ਯੂ ਤੁਹਾਡਾ ਬਹੁਤ ਜੀ ਦੋਸਤੋ ਤੁਸੀਂ ਦੇਖਿਆ ਕਿ ਸੁਮਨ ਸਾਹਿਬ ਨੇ ਕਿਸ ਤਰ੍ਹਾਂ ਅਸਲ ਵਿੱਚ ਕੀ ਹੈ ਜਦੋਂ ਪ੍ਰਾਈਵੇਟ ਆ ਜਿਹਦਾ ਆਪਣਾ ਜਦੋਂ ਉਹ ਪੈਸਾ ਪ੍ਰੋਫਿਟ ਬਣਦਾ ਤੇ ਤੁਹਾਨੂੰ ਟੈਲੀਫੋਨ ਕਰਕੇ ਕਹਿੰਦੇ ਕਿ ਤੁਸੀਂ ਆਪਣੇ ਦੰਦ ਸਾਫ਼ ਕਰਾਉਣ ਆ ਜਾਓ ਪਰ ਦੂਸਰੇ ਪਾਸੇ ਜਿੱਥੇ GP 'ਤੇ ਜਾਣਾ ਚਾਹੁੰਦੇ ਹੋ ਤੁਸੀਂ ਉਹ ਤੁਸੀਂ ਟੈਲੀਫੋਨ ਕਰਦੇ ਹੋ ਤੁਹਾਡਾ ਟੈਲੀਫੋਨ ਨਹੀਂ ਚੱਕਿਆ ਜਾਂਦਾ ਤੁਹਾਨੂੰ ਨੰਬਰ ਨਹੀਂ ਮਿਲਦਾ ਹੈਗਾ ਇਹ ਫਰਕ ਪੈ ਜਾਂਦਾ ਆ ਤੁਸੀਂ ਇਹ ਸੋਚਣਾ ਪਊਗਾ ਕਿ ਕੀ ਕਿਸ ਤਰ੍ਹਾਂ ਆਪਾਂ ਕਿੱਥੇ ਖੜ੍ਹਨਾ ਆ ਕਿ ਪ੍ਰਾਈਵੇਟਾਈਜੇਸ਼ਨ ਵੱਲ ਜਾਣਾ ਅਤੇ ਜਾਂ ਨੈਸ਼ਨਲ ਜਿਹੜੀ ਸਰਵਿਸਿਜ਼ ਹੈਗੀਆਂ ਜਿਸ ਤਰ੍ਹਾਂ ਪਹਿਲਾਂ ਸੀ ਸਾਰਾ ਕੁਛ ਮੁਲਕ ਦੇ ਨੈਸ਼ਨਲ ਨਾਲ ਸੀ ਸੈਂਟਰਲ ਗੌਰਮੈਂਟ ਥੱਲੇ ਸੀਗਾ ਉਸ ਤਰ੍ਹਾਂ ਕਰਨਾ ਹਾਂਜੀ ਕਾਂਸੀ TV 'ਤੇ ਸਵਾਗਤ ਹੈ ਜੀ ਹੈਲੋ ਜੀ ਮੈਂ ਮੁਹੰਮਦ ਬੋਲ ਰਿਹਾ ਸਰ ਹਾਂਜੀ ਥੈਂਕ ਯੂ ਮੁਹੰਮਦ ਜੀ ਬੜਾ ਟਾਪਿਕਲ ਤੁਸੀਂ ਇਸ਼ੂ ਹੈ ਤੁਹਾਡੀ ਪਸੰਦ ਆ ਤੁਹਾਡੇ ਪਸੰਦ ਆ ਇਸ਼ੂ ਚੱਲਦਾ ਪਿਆ ਹਾਂਜੀ ਮੈਂ ਕੁਝ ਦੇਰ ਪਹਿਲੇ ਤੁਹਾਡੇ ਚੈਨਲ ਤੇ ਇੱਕ ਲੇਡੀ ਕੰਜ਼ਰਵੇਟਿਵ ਕੈਂਡੀਡੇਟ ਦਾ ਸੁਣ ਰਿਹਾ ਸਾਂ ਹਾਂਜੀ ਕੰਜ਼ਰਵੇਟਿਵ ਪਾਰਟੀ ਵੱਲੋਂ ਬੈਡ ਫੋਰਟ ਵੱਲੋਂ ਕਰ ਰਹੀ ਸੀ ਗੱਲਾਂ ਅੱਛਾ ਜੀ ਸਰ ਇਹਦੇ 'ਚ ਇੱਕ ਮੈਨੂੰ ਬੜਾ ਇੱਕ ਪੁਆਇੰਟ ਮੈਂ ਰੇਜ਼ ਕਰਨਾ ਚਾਹੁੰਦਾ ਹੁਣ ਦੇਖੋ ਇਹ ਕੰਜ਼ਰਵੇਟਿਵ ਪਾਰਟੀ ਦਾ ਜਿਹੜੇ ਲੀਡਰ ਹੈ ਮਤਲਬ ਰਿਸ਼ੀ ਸੁਨਕ ਜਿਹੜਾ ਪ੍ਰਾਈਮ ਮਿਨਿਸਟਰ ਵੀ ਹੈ ਹਾਂਜੀ ਉਹ ਕਹਿੰਦੇ ਨੇ ਹੀ ਇਜ਼ ਰਿਚਰ ਦੈਨ ਦੀ ਕਿੰਗ ਮੈਂ ਖਬਰਾਂ ਹੀ ਸੁਣੀਆਂ ਸਰ ਮੈਂ ਆਈ ਐਮ ਨੋਟ ਕੋਟਿੰਗ ਮਾਈ ਸੈਲਫ ਲੇਕਿਨ ਇਹ ਦੇਖੋ ਕਿੰਨੀ ਡਿਸਪੈਰਿਟੀ ਹੈ ਕਿ ਇੱਕ ਪਾਸੇ ਤੇ ਇੱਕ ਮਤਲਬ ਇੱਕ ਬੰਦਾ ਇੰਨਾ ਰਿਚ ਦੂਸਰੇ ਪਾਸੇ ਹੋਮਲੈਸ ਲੋਕ ਵੀ ਨੇ ਅਨਇੰਪਲੋਇਡ ਲੋਕ ਵੀ ਨੇ ਯੰਗ ਲੋਕ ਨੇ ਆਈ ਥਿੰਕ ਇਜ਼ ਆਲਸੋ ਕੁਆਇਟ ਯੰਗ ਤੇ ਮੈਂ ਇੱਕ ਹੋਰ ਗੱਲ ਸਰ ਕਰਨਾ ਚਾਹੁੰਦਾ ਕਿ ਮਤਲਬ ਇਸ ਇਲੈਕਸ਼ਨ 'ਚ ਮੈਂ ਵੀ ਦੇਖਿਆ ਕਿ ਆਜ਼ਾਦ ਉਮੀਦਵਾਰ ਬੜੇ ਹਿੱਸਾ ਲੈ ਰਹੇ ਨੇ ਕਿਸੇ ਪਾਰਟੀ ਵੱਲੋਂ ਐਸੋਸੀਏਟ ਨਹੀਂ ਹੈ ਲੋਕਾਂ ਦਾ ਵਿਸ਼ਵਾਸ ਜੁੜ ਗਿਆ ਹਾਂਜੀ ਜਿਹੜੀ ਪਾਰਟੀਆਂ ਹੈਗੀਆਂ ਪਹਿਲੇ ਮੇਜਰ ਪਾਰਟੀਆਂ ਹੁੰਦੀਆਂ ਸਨ ਨਾ ਲੇਬਰ ਤੇ ਕੰਜ਼ਰਵੇਟਿਵ ਹਾਂਜੀ ਲਿਬ ਡੈਮ ਵਗੈਰਾ ਤੇ ਹੁਣ ਜ਼ਿਆਦਾ ਜਿਹੜੇ ਕੈਂਡੀਡੇਟ ਨੇ ਉਹ ਆਜ਼ਾਦ ਉਮੀਦਵਾਰ ਦੀ ਹੈਸੀਅਤ ਨਾਲ ਇਲੈਕਸ਼ਨ 'ਚ ਹਿੱਸਾ ਲੈ ਰਹੇ ਨੇ ਹਾਂਜੀ ਇਜ਼ ਅ ਗੁੱਡ ਥਿੰਗ ਤੁਸੀਂ ਕੈਂਡੀਡੇਟ ਦੀ ਤੁਸੀਂ ਪਰਫਾਰਮੈਂਸ ਦੇਖੋ ਕਿੰਨੇ ਉਹਨੇ ਇਲਾਕੇ 'ਚ ਕੰਮ ਕੀਤਾ ਹੈ ਜਾਂ ਕੀ ਉਹਦਾ ਬੈਕਗਰਾਊਂਡ ਹੈ ਜਾਂ ਕਿਸ ਤਰ੍ਹਾਂ ਉਹਨੇ ਮਤਲਬ ਲੋਕਾਂ ਦੀ ਖਿਦਮਤ ਕੀਤੀ ਹੈ ਤੇ ਇਹ ਮਤਲਬ ਸਾਨੂੰ ਪਾਰਟੀ ਐਸੋਸੀਏਸ਼ਨ ਛੱਡ ਕੇ ਨਾ ਤੇ ਇੰਡੀਵਿਜੁਅਲ ਕੈਂਡੀਡੇਟ ਵੱਲ ਧਿਆਨ ਦੇਣਾ ਚਾਹੀਦਾ ਕਿ ਕਿਹੜਾ ਕੈਂਡੀਡੇਟ ਜਿਹੜਾ ਉਹ ਲੋਕਾਂ ਦੀ ਖਿਦਮਤ ਕਰੇਗਾ ਜਾਂ ਭਲਾਈ ਵਾਸਤੇ ਕੰਮ ਕਰੇਗਾ ਜਾਂ ਤੁਹਾਡੀ ਕੰਸਟੀਚੁਐਂਸੀ ਵਾਸਤੇ ਵਿੱਚ ਬਿਹਤਰੀ ਲਿਆਏਗਾ ਹਾਂਜੀ ਹਾਂਜੀ ਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਮੈਂ ਵੈਸੇ ਪਹਿਲੇ ਲੇਬਰ ਪਾਰਟੀ ਦਾ ਰਿਹਾ ਲੇਕਿਨ ਮੈਂ ਇਸ ਵਾਰ ਸੋਚਦਾ ਕਿ ਕੋਈ ਆਜ਼ਾਦ ਉਮੀਦਵਾਰ ਜਿਹੜਾ ਜ਼ਿਆਦਾ ਕੰਮ ਕਰ ਸਕੇ ਉਹ ਉਹਨੂੰ ਵੋਟ ਦੇਵਾਂਗਾ ਥੈਂਕ ਯੂ ਤੁਹਾਡਾ ਮੁਹੰਮਦ ਜੀ ਬਹੁਤ ਬਹੁਤ ਥੈਂਕ ਯੂ ਹਾਂਜੀ ਜਸਵਿੰਦਰ ਜੀ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਅਸਲ ਦੇ ਵਿੱਚ ਜਿਹੜੀ NHS ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਆਦਮੀ ਹਾਂਜੀ
ਕਿਉਂਕਿ ਜਿਹੜਾ ਇਨਸਾਨ ਦੀ ਸਭ ਤੋਂ ਮੁੱਢਲੀ ਜਿਹੜੀ ਲੋੜ ਆਪਾਂ ਇਸ ਜ਼ਮਾਨੇ 'ਚ ਕਹਿ ਸਕਦੇ ਹਾਂ ਕਿ ਪਹਿਲਾਂ ਕਿਹਾ ਜਾਂਦਾ ਸੀ ਕੁੱਲੀ ਗੁੱਲੀ ਅਤੇ ਜੁੱਲੀ, ਹਾਂਜੀ, ਪਰ ਹੁਣ ਜੇ ਅਸੀਂ ਦੇਖੀਏ ਤਾਂ ਹੈਲਥ ਦਾ ਇਸ਼ੂ ਬਹੁਤ ਵੱਡਾ, ਕਿਉਂਕਿ ਉਹ ਟਾਈਮ ਸੀਗਾ ਕਿ ਜਦੋਂ ਅਸੀਂ ਰੱਬ 'ਤੇ ਡੋਰੀਆਂ ਰੱਖਦੇ ਸੀ, ਕੋਈ ਐਡਾ ਮੈਡੀਕਲ ਡਿਵੈਲਪਮੈਂਟ ਨਹੀਂ ਸੀ, ਪਰ ਹੁਣ ਤਾਂ ਤੁਹਾਡੇ ਸਾਹਮਣੇ ਆ ਕਿ ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਹਾਰਟ ਦੇ ਓਪਰੇਸ਼ਨ ਹੋ ਰਹੇ ਆ, ਲੱਖਾਂ ਦੇ ਹਿਸਾਬ ਨਾਲ ਕੈਂਸਰ ਦੇ ਮਰੀਜ਼ ਨੇ, ਉਹਨਾਂ ਨੂੰ ਕੀਮੋ ਵਗੈਰਾ ਚਾਹੀਦੀਆਂ, ਅਤੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਕੁ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਆ ਰੈਗੂਲਰ ਸਾਨੂੰ ਲੋੜ ਆ ਕਿ ਉਹ ਟ੍ਰੀਟਮੈਂਟ, ਕਿਉਂਕਿ ਹੁਣ ਸਾਡਾ ਵਿਸ਼ਵਾਸ ਮੈਡੀਸਨ ਦੇ ਵਿੱਚ ਬਹੁਤ ਜ਼ਿਆਦਾ, ਜੇ ਆ ਬੰਦਾ ਸਿਹਤਮੰਦ ਆ ਤਾਂ ਉਹ ਵਧੀਆ ਕੰਮ ਵੀ ਕਰ ਸਕਦਾ, ਉਹ ਆਪਣੀ ਜ਼ਿੰਦਗੀ ਨੂੰ ਵਧੀਆ ਇੰਜੋਏ ਵੀ ਕਰ ਸਕਦਾ, ਔਰ ਇੱਕ ਵਧੀਆ ਜਿਹੜਾ ਸਮਾਜ ਸਿਰਜਣ ਦੇ ਲਈ ਹੈਲਥੀ ਜਿਹੜੇ ਸਿਹਤਮੰਦ ਲੋਕਾਂ ਦੀ ਬਹੁਤ ਲੋੜ ਆ। ਹਾਂਜੀ ਹਾਂਜੀ, ਕਾਂਸ਼ੀ ਟੀਵੀ ਦਾ ਸਵਾਗਤ ਆ ਜੀ। ਸਾਥੀ ਜੀ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਫਕੀਰ ਚੰਦ ਜੀ, ਆਇਆਂ ਨੂੰ ਦੇਖੋ, ਜਿਹੜੀ ਅੱਜ ਆਪਣੇ ਚਰਚਾ ਰੱਖੀ ਆ, ਹਾਂਜੀ, ਇਹ ਮਤਲਬ ਲੋਕਤੰਤਰ ਦੇ ਨਾਲ ਸੰਬੰਧਿਤ ਆ। ਬਿਲਕੁਲ ਜੀ, ਕਿਉਂਕਿ ਮਤਲਬ ਭਾਰਤ ਦੇ ਵਿੱਚ ਵੀ ਚੋਣਾਂ ਹੋ ਕੇ ਹਟੀਆਂ, ਫਰਾਂਸ ਵੀ ਹੋਈਆਂ, ਹੁਣ ਆ ਦੇਖੋ ਵੀ ਆ ਜਿਹੜਾ UK ਆ, ਇੱਥੇ ਪਰਸੋਂ ਨੂੰ ਵੋਟਾਂ ਪੈ ਰਹੀਆਂ। ਹਾਂਜੀ, ਪਰ ਸੰਖੇਪ ਦੇ ਵਿੱਚ ਇਹ ਦੱਸਣਾ ਜ਼ਰੂਰੀ ਆ ਵੀ ਇਹ ਜਿਹੜਾ ਲੋਕਤੰਤਰ ਦੀ ਪ੍ਰਣਾਲੀ ਆ, ਇਹਦਾ ਜਿਹੜੀ ਸ਼ੁਰੂਆਤ ਇੰਡੀਆ ਤੋਂ ਹੋਈ ਸੀ, ਔਰ ਬਾਅਦ ਦੇ ਵਿੱਚ ਦੇਖੋ ਵੀ ਇਹਤੇ ਹਮਲੇ ਵੀ ਹੋਏ, ਜਿਹੜੇ ਤਾਨਾਸ਼ਾਹ ਸੀ ਉਹਦਾ ਵਿਰੋਧ ਤਾਂ ਕਰਦੇ ਰਹੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਪਰ ਜਿਹੜੀ ਹੁਣ ਜੇ ਜਿਹੜਾ UK ਆ, ਜਿਹੜੀ ਇੱਥੇ ਦੀ ਜਿਹੜੀ ਪਾਰਲੀਮੈਂਟ ਆ, ਯਾਨੀ ਇਹਨੂੰ ਮਦਰ ਆਫ ਆਲ ਪਾਰਲੀਮੈਂਟਸ ਕਿਹਾ ਜਾਂਦਾ। ਹਾਂਜੀ, ਕਿਉਂਕਿ ਇੱਥੇ ਜਿਹੜੀ ਪਹਿਲੀ ਲੋਕ ਸਭਾ ਦਾ ਗਠਨ 1265 'ਚ ਹੋਇਆ ਸੀ। ਹਾਂਜੀ, ਕਿਉਂਕਿ ਉਸ ਵੇਲੇ ਦਾ ਜਿਹੜਾ ਰਾਜਾ ਕਿੰਗ ਜੌਨ ਸੀ, ਉਹਨੇ ਜਿਹੜੇ ਸੀਮਤ ਅਧਿਕਾਰ ਦਿੱਤੇ ਸੀ, ਜਿਹਨਾਂ ਕੋਲ ਜ਼ਮੀਨਾਂ ਸੀ, ਜਿਹੜੇ ਜਾਣੀ ਮਿਡਲ ਕਲਾਸ ਨੂੰ। ਹਾਂਜੀ, ਪਰ ਉਹ ਜਿਉਂ ਜਿਉਂ ਫਿਰ ਅੱਗੇ ਆਪਾਂ ਵੱਧਦੇ ਹਾਂ, ਫਿਰ ਜਿਹੜੇ ਕਿਰਤੀ ਲੋਕ ਵੀ ਜਿਹਨਾਂ ਕੋਲ ਘਰ ਵੀ ਨਹੀਂ ਸੀ, ਉਹ ਵੀ ਹੱਕ ਮੰਗਣ ਲੱਗੇ, ਤਾਂ ਹੌਲੀ ਹੌਲੀ ਫਿਰ ਗਾਂ ਗੱਲ ਵਧੀ। ਪਰ ਜਿਹੜੀ ਔਰਤਾਂ ਨੂੰ ਵੀ ਕਈ ਇੱਥੇ ਵੋਟ ਦਾ ਅਧਿਕਾਰ ਨਹੀਂ ਸੀ, ਯਾਨੀ ਉਹ ਐਮੀਲੀਨ ਪੈਂਕਹਰਸਟ ਨੇ ਜੱਦੋਜਹਿਦ ਕੀਤੀ, ਔਰ ਯਾਨੀ ਮਤਲਬ ਬਹੁਤ ਉਹਨੇ ਵੀ ਕੁਰਬਾਨੀਆਂ ਕੀਤੀਆਂ। ਔਰ ਇਹ ਦੱਸਣਾ ਬਹੁਤ ਜ਼ਰੂਰੀ ਆ ਵੀ ਇੰਡੀਆ ਦਾ ਇੱਥੇ ਦੀ ਡੈਮੋਕ੍ਰੇਸੀ ਦੇ ਨਾਲ ਬਹੁਤ ਸੰਬੰਧ ਆ, ਕਿਉਂਕਿ ਜੋ ਕਾਨੂੰਨ ਇੱਥੇ ਬਣਦੇ ਸੀ ਅਤੇ ਜਦ ਇੰਡੀਆ ਦੇ ਇਹਨਾਂ ਦੇ ਥੱਲੇ ਹੋ ਗਿਆ, ਉਹਦਾ ਇੰਡੀਆ 'ਤੇ ਵੀ ਲਾਗੂ ਹੁੰਦੇ ਸੀਗੇ। ਜਿਸ ਤਰ੍ਹਾਂ ਆਪਾਂ ਬਾਅਦ ਦੇ ਵਿੱਚ ਦੇਖਦੇ ਹਾਂ ਵੀ ਪਹਿਲਾਂ ਇੱਥੇ ਦੋ ਹੀ ਪਾਰਟੀਆਂ ਸੀ, ਕੰਜ਼ਰਵੇਟਿਵ ਅਤੇ ਲਿਬਰਲ। ਜਿਸ ਵੇਲੇ ਔਰਤਾਂ ਦਾ ਸੰਘਰਸ਼ ਚੱਲਿਆ, ਉਸ ਵੇਲੇ ਉਹ ਦੋ ਹੀ ਪਾਰਟੀਆਂ ਇਹ ਜ਼ਿੱਦ ਕਰਦੀਆਂ ਸੀ ਵੀ ਅਸੀਂ ਔਰਤਾਂ ਨੂੰ ਕੋਈ ਹੱਕ ਨਹੀਂ ਦੇਣਾ। ਹਾਂਜੀ, ਵੀ ਇਹ ਮਰਦਾਂ ਦਾ ਕੰਮ ਆ, ਉਹ ਸਿਰਫ ਘਰਾਂ ਦੇ ਵਿੱਚ ਇਹ ਆਪਣਾ ਕੰਮ ਕੁੰਮ ਕਰਨ। ਪਰ ਉਹ ਐਮੀਲੀਨ ਪੈਂਕਹਰਸਟ ਯਾਨੀ ਡਟੀ ਰਹੀ, ਯਾਨੀ ਤੁਸੀਂ ਦੇਖੋ ਉਹਨੇ ਕਿੰਨਾ ਕੋਈ ਜੱਦੋਜਹਿਦ ਕੀਤੀ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜਿਸ ਵੇਲੇ ਇੱਥੇ ਦੇ ਕਿਰਤੀ ਲੋਕ ਸੀ ਜਿਹੜੇ ਕਾਮੇ ਸੀਗੇ, ਉਹਨੇ ਕਿਹਾ ਸਾਨੂੰ ਯੂਨੀਅਨਾਂ ਬਣਾਉਣੀਆਂ ਚਾਹੀਦੀਆਂ। ਹਾਂਜੀ, ਯਾਨੀ ਉਸ ਵੇਲੇ ਯੂਨੀਅਨ ਬਣਾਉਣ ਦਾ ਵੀ ਅਧਿਕਾਰ ਨਹੀਂ ਸੀ, ਸਾਰਾ ਕੁਝ 20ਵੀਂ ਸਦੀ ਦੇ ਸ਼ੁਰੂ 'ਚ ਹੋਇਆ। ਹਾਂਜੀ, ਇਹ ਸਾਰਾ ਕੁਝ ਨਾ, ਹਾਂਜੀ, ਉਹ ਯਾਨੀ, ਪਰ ਫਿਰ ਵੀ ਜਿਹਨੇ ਕਿਹਾ ਵੀ ਅਸੀਂ ਤਾਂ ਜ਼ਰੂਰ ਬਣਾਉਣੀਆਂ, ਫਿਰ ਸਰਕਾਰ ਨੂੰ ਮੰਨਣਾ ਪਿਆ, ਕਿਉਂਕਿ ਜਿਹੜੀਆਂ ਉਦੋਂ ਸਰਕਾਰਾਂ ਜ਼ਿਆਦਾ ਉਹਨਾਂ ਦੀਆਂ ਪਾਰਟੀਆਂ ਦੀਆਂ ਬਣਦੀਆਂ ਸੀ, ਉਹਨੇ ਇਜਾਜ਼ਤ ਦੇ ਦਿੱਤੀ। ਫਿਰ ਉਹ ਯੂਨੀਅਨਾਂ ਤੋਂ ਬਾਅਦ ਟ੍ਰੇਡ ਯੂਨੀਅਨ ਕਾਂਗਰਸ ਬਣੀ। ਪਰ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ ਉਹ ਜਿਹੜੇ ਲੋਕ, ਉਹਨਾਂ ਦੀ ਸੋਚ ਇਹ ਸੀ ਵੀ ਪਾਰਟੀਆਂ ਦੋ ਹੀ ਇਹ ਰਹਿਣ, ਅਸੀਂ ਕੰਮ ਹੀ ਰਹੀਏ। ਪਰ ਜਿਹੜੇ ਉਹਨਾਂ ਦੇ ਵਿੱਚੋਂ ਜਾਣੀ ਕੇਅਰ ਹੇਡ ਹਾਰਡੀ ਸੀ, ਉਹ ਮਾਈਨਰਾਂ ਦਾ ਲੜਕਾ ਸੀ, ਉਹਨੇ ਕਿਹਾ ਵੀ ਜਦ ਅਸੀਂ ਯੂਨੀਅਨ ਬਣਾ ਲਈਆਂ, ਸਾਡੀ ਪਾਰਟੀ ਵੀ ਚਾਹੀਦੀ ਆ।
ਸਾਰੇ ਜੇ ਉਹਦਾ ਵਿਰੋਧ ਕਰਨ ਵੀ ਛੱਡ ਪਰੇ ਦੇਖੋ ਪੜ੍ਹਿਆ ਵੀ ਨਹੀਂ ਸੀ ਉਹ ਉਹਨੂੰ ਕਿਹਾ ਵੀ ਮੈਂ ਤਾਂ ਜ਼ਰੂਰ ਪਾਰਟੀ ਬਣਾਉਣੀ ਆ ਉਹਨੂੰ ਫਿਰ ਜਾਣੀ ਇੰਡੀਪੈਂਡੈਂਟ ਲੇਬਰ ਪਾਰਟੀ ਦਾ ਗਠਨ ਕੀਤਾ 1893 ਚ ਔਰ ਪਰ ਤੁਸੀਂ ਗਠਨ ਤਾਂ ਕਰ ਲੈਂਦੇ ਮਾਨਤਾ ਉਦੋਂ ਮਿਲਦੀ ਹੈ ਜੇ ਤੁਸੀਂ ਐਮ ਪੀ ਬਣਦੇ ਐਮ ਪੀ ਵੀ ਪਹਿਲਾਂ ਉਹੀ ਬਣਿਆ ਫਿਰ ਜਾਣੀ ਲੋਕ ਕਹਿਣ ਲੱਗ ਪਏ ਵੀ ਜਾਣੀ ਐਮ ਪੀ ਬਣ ਗਿਆ ਤਾਂ ਪੜ੍ਹਿਆ ਵੀ ਨਹੀਂ ਪਰ ਫਿਰ 1900 ਦੇ ਵਿੱਚ ਉਹ ਉਸ ਪਾਰਟੀ ਦਾ ਨਾਮ ਬਦਲ ਕੇ ਲੇਬਰ ਪਾਰਟੀ ਬਣੀ ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਇਹ ਮੁਲਕ ਆ ਇੱਕ ਦੂਸਰੇ ਦੀ ਗੱਲ ਸੁਣਦੇ ਆ ਸੰਵਾਦ ਹੁੰਦਾ ਹਾਂਜੀ ਔਰ ਉਹ ਲੇਬਰ ਪਾਰਟੀ ਦੇ ਵਿੱਚੋਂ ਹੀ ਗੱਲ ਲੀਡਰਾਂ ਨੇ ਚਲਾਈ ਵੀ ਜਿਹੜੀ ਜਿਹੜੇ ਦੇਸ਼ ਆਜ਼ਾਦੀ ਮੰਗਦੇ ਆ ਕੋਲਨੀਜ਼ ਆ ਉਹ ਆਜ਼ਾਦ ਕਰਨੇ ਚਾਹੀਦੇ ਆ ਕੰਸੈਪਟ ਬਹੁਤ ਵਿਰੋਧ ਕਰਦੇ ਸੀ ਵੀ ਜਿਹੜਾ ਸਾਡਾ ਇੰਪਾਇਰ ਆ ਔਰ ਇੱਥੇ ਜਾਣੀ ਲੇਬਰ ਪਾਰਟੀ ਨੇ 1910 ਦੇ ਵਿੱਚ ਮਤਾ ਪਾਸ ਕੀਤਾ ਸੀ ਵੀ ਇੰਡੀਆ ਨੂੰ ਆਜ਼ਾਦ ਕਰਨਾ ਚਾਹੀਦਾ ਉਹਦਾ ਕੰਜ਼ਰਵੇਟਿਵ ਨਾਲ ਬਹੁਤ ਵਿਰੋਧ ਕੀਤਾ ਵੀ ਹੋਣਾ ਨਹੀਂ ਚਾਹੀਦਾ ਔਰ ਬਾਅਦ ਦੇ ਵਿੱਚ ਦੇਖੋ ਵੀ ਜਿਹੜੀ ਫਸਟ ਵਰਲਡ ਵਾਰ ਰਹੀ ਆ 1914 ਤੋਂ 18 ਤੱਕ ਉਹ ਜ਼ਿਆਦਾ ਨਹੀਂ ਜਿੱਤ ਲਈ ਉਸ ਵੇਲੇ ਇੱਥੇ ਲਿਬਰਲ ਪਾਰਟੀ ਦਾ ਪ੍ਰਾਈਮ ਮਿਨਿਸਟਰ ਸੀ ਜਾਣੀ ਉਹਨੇ ਵਾਅਦਾ ਕੀਤਾ ਸੀ ਵੀ ਜਦ ਅਸੀਂ ਇਹ ਜਿੱਤ ਲਈ ਤਾਂ ਔਰਤਾਂ ਨੂੰ ਜ਼ਰੂਰ ਹੱਕ ਦੇਵਾਂਗੇ ਉਹ ਜਿਹੜੀਆਂ 1918 ਦੇ ਵਿੱਚ ਚੋਣਾਂ ਹੋਈਆਂ ਉਸ ਵੇਲੇ ਜਿਹੜਾ ਮੁਲਕ ਆ ਪੂਰਾ ਆਇਰਲੈਂਡ ਨਾਲ ਸੀ ਜਿਹੜਾ ਯੂਕੇ 1700 ਤੋਂ ਬਾਅਦ ਜਾਣੀ ਇਹ ਚਾਰ ਮੁਲਕਾਂ ਦਾ ਯੂਕੇ ਬਣਿਆ ਸੀ ਔਰ ਉਹ ਜਿਸ ਵੇਲੇ ਹੱਕ ਉਹਨੂੰ ਦਿੱਤਾ ਤਾਂ ਉਹਨੇ ਕਿਹਾ ਵੀ ਇਹ ਕਾਹਲੀ ਦੇ ਨਾਲ ਅਸੀਂ ਇੱਕਦਮ ਨਹੀਂ ਕਰ ਸਕਦੇ ਪਹਿਲਾਂ 30 ਸਾਲ ਦੀ ਉਮਰ ਜਿਹਨਾਂ ਔਰਤਾਂ ਦਾ ਹੈਗੀ ਆ ਉਹਨਾਂ ਨੂੰ ਦੇਣਾ ਵੋਟ ਦਾ ਹੱਕ ਨਾਲ ਸ਼ਰਤ ਰੱਖੀ ਸੀ ਵੀ ਜਾਂ ਤਾਂ ਉਹ ਆਪ ਕੰਮ ਕਰਦੀ ਹੋਵੇ ਜਾਂ ਉਹਨਾਂ ਦਾ ਹਸਬੈਂਡ ਵੀ ਕਰਦਾ ਹੋਵੇ ਦੇਖੋ ਇਹਨੂੰ ਫਿਰ 1928 ਦੇ ਵਿੱਚ ਜਾਣੀ ਪੂਰਾ ਹੱਕ ਮਿਲਿਆ ਜਾਣੀ 1928 ਤੋਂ ਬਾਅਦ ਜਿਹੜੀ ਇੱਥੇ ਲੋਕ ਸਭਾ ਦੀ ਚੋਣ ਹੁੰਦੀ ਆ ਕੋਈ ਸ਼ਰਤ ਨਹੀਂ ਜਾਣੀ ਸਾਰੇ ਵੋਟ ਪਾ ਸਕਦੇ ਔਰ ਤੁਸੀਂ ਦੇਖੋ ਵੀ ਬੈਲਟ ਪੇਪਰ ਨੇ ਪਹਿਲਾਂ ਤੋਂ ਪਾਉਂਦੇ ਆ ਫਿਰ ਇੱਥੇ ਰੌਲਾ ਰੱਪਾ ਨਹੀਂ ਪੈਂਦਾ ਬਹੁਤ ਕੋਈ ਦੇਖੋ ਇੱਕ ਦੂਸਰੇ ਦੀ ਵਿਰੋਧ ਤਾਂ ਨਹੀਂ ਕਰਦਾ ਸਾਡੇ ਤਾਂ ਕਤਲ ਹੋ ਜਾਂਦੇ ਇੰਡੀਆ 'ਚ ਆਮ ਹੀ ਉੱਥੇ ਤਾਂ ਦੇਖੋ ਮਾਹੌਲ ਹੀ ਵਿਗਾੜ ਦਿੰਦੇ ਆ ਬਿਲਕੁਲ ਹੁਣ ਫਿਰ ਤੁਸੀਂ ਦੇਖੋ ਵੀ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸੈਕਿੰਡ ਵਰਲਡ ਵਾਰ ਲੱਗੀ ਆ ਉਸ ਵੇਲੇ ਜਾਣੀ ਨੀ ਲੋਕਾਂ ਨੇ ਕਿਹਾ ਵੀ ਪਹਿਲਾਂ ਜਰਮਨ ਇਟਲੀ ਤੇ ਜਪਾਨ ਨੂੰ ਹਰਾਉਣਾ ਵੀ ਉਸ ਵੇਲੇ ਨੈਸ਼ਨਲ ਗਵਰਨਮੈਂਟ ਬਣੀ ਸੀ ਜਾਣੀ ਨੀ ਫੈਸਲਾ ਕਰ ਲਿਆ ਸੀਗਾ ਵੀ ਜਿਹੜਾ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਕਲਾਈਮੈਂਟ ਐਕਟ ਲਈ ਜਿਹੜਾ ਲੇਬਰ ਦਾ ਸੀ ਉਹ ਡੈਪਟੀ ਪ੍ਰਾਈਮ ਮਿਨਿਸਟਰ ਪਹਿਲਾਂ ਲੜਾਈ ਜਿੱਤੋ ਉਹ ਫਿਰ ਲੜਾਈ 1945 ਚ ਜਿੱਤੀ ਸੀ ਔਰ ਇੱਥੇ ਬਹੁਤ ਦੱਸਣਾ ਜ਼ਰੂਰੀ ਹੈ ਉਹ ਵਰਲਡ ਵਾਰ ਯੂਰਪ 'ਚ ਹੀ ਖਤਮ ਹੋਈ ਸੀ ਜਪਾਨ ਏਸ਼ੀਆ 'ਚ ਨਹੀਂ ਸੀ ਉਸ ਵੇਲੇ ਲੇਬਰ ਪਾਰਟੀ ਨੇ ਕਿਹਾ ਵੀ ਹੁਣੇ ਹੀ ਚੋਣਾਂ ਹੋਣ ਔਰ 1945 'ਚ ਉਹ ਵੀ ਜੁਲਾਈ ਦੇ ਮਹੀਨੇ ਹੋਈ ਸੀ ਚੋਣ ਔਰ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਵੀ ਜਿਹੜੇ ਓਪੀਨੀਅਨ ਪੋਲ ਆ ਇਹਨਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਉਹ ਜਿਹੜੀ ਟੋਰੀ ਪਾਰਟੀ ਦੇ ਜਿੰਨੇ ਪੇਪਰ ਸੀ ਉਹਨੇ ਕਿਹਾ ਵੀ ਜਿਹੜਾ ਵਿੰਸਟਨ ਚਰਚਿਲ ਨੂੰ ਲੋਕ ਇੰਨਾ ਚਾਹੁੰਦੇ ਆ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਲੈਂਡਸਲਾਈਡ ਜਿੱਤੂਗੀ ਜਦ ਰਿਜ਼ਲਟ ਆਇਆ ਤਾਂ ਉਹ ਹਾਰ ਗਿਆ ਲੇਬਰ ਪਾਰਟੀ ਜਿੱਤ ਗਈ ਹਾਂਜੀ ਉਹ ਜਿਹੜਾ ਕਲਾਈਮੇਟ ਐਕਟ ਲਈ ਉਹ ਡੈਪਟੀ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਦੇਖੋ ਆਪਾਂ ਜੋ ਕੁਝ ਚੰਗੇ ਕੰਮ ਆ ਉਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਬਿਲਕੁਲ ਉਸ ਵੇਲੇ ਮੁਲਕ ਤਬਾਹ ਹੋਇਆ ਸੀ ਬੰਬਾਂ ਦੇ ਨਾਲ ਔਰ ਲੋਕਾਂ ਨੂੰ ਤਾਂ ਰਾਸ਼ਨ ਵੀ ਨਹੀਂ ਸੀ ਮਿਲਦਾ ਫਿਰ ਕਿਹਾ ਵੀ ਅਸੀਂ ਜਿਹੜੀ ਨੈਸ਼ਨਲ ਹੈਲਥ ਸਰਵਿਸ ਆ
ਇਸਟੈਬਲਿਸ਼ ਕਰਨੀ ਉਸ ਗਵਰਨਮੈਂਟ ਨੇ, ਔਰ ਉਸ ਗਵਰਨਮੈਂਟ ਨੇ ਕਿਹਾ ਵੀ ਅਸੀਂ ਇੰਡੀਆ ਨੂੰ ਆਜ਼ਾਦ ਕਰਨਾ। ਦੇਖੋ ਕਿੰਨੇ ਕਿੰਨੇ ਕੰਮ ਸੀਗੇ, ਪਰ ਆਹ ਦੇਖੋ ਹੁਣ ਜਿਹੜੀ ਚੋਣ ਹੋ ਰਹੀ ਆ, ਹੁਣ ਵੀ ਮੁਲਕ ਦੇ ਹਾਲਾਤ ਚੰਗੇ ਨੇ, ਪਰ ਜਿਹੜੇ ਮੁਲਕ ਦੇ ਮਤਦਾਤਾ ਉਹਨਾਂ ਨੂੰ ਅਕਲ ਕਰਨੀ ਚਾਹੀਦੀ ਹੈ। ਥੈਂਕ ਯੂ ਤੁਹਾਡਾ। ਇੱਕ ਤਾਂ ਇਹ ਹੈਗੀ ਆ ਵੀ ਵੋਟ ਜ਼ਰੂਰ ਪਾਓ, ਸੋਚ ਸਮਝ ਕੇ ਪਾਓ ਕਿਹਨੂੰ ਪਾਉਣੀ ਆ, ਕਿਹੜਾ ਤੁਹਾਡਾ ਤੁਹਾਡਾ। ਦੇਖੋ ਇਹ ਵੋਟ ਪਾਉਣ ਨਾਲ ਸਾਇਲੈਂਟ ਰੈਵੋਲੂਸ਼ਨ ਆਉਂਦਾ। ਦੇਖੋ ਕੋਈ ਝਗੜਾ ਨਹੀਂ, ਕੋਈ ਇੱਦਾਂ ਨਹੀਂ, ਨਾਲੇ ਹੈਗੇ ਬੈਲਟ ਪੇਪਰ ਆ, ਔਰ ਜ਼ਰੂਰ ਜਾਓ, ਇਹਨੂੰ ਵੇਸਟ ਨਾ ਕਰੋ। ਠੀਕ ਹੈ। ਔਰ ਤੁਸੀਂ ਜਾਣੀ ਸਰਕਾਰ ਬਦਲ ਸਕਦੇ ਆ, ਔਰ ਉਹੀ ਇੱਕ ਨਤੀਜਾ ਹੈ, ਨਫ਼ਰਤ ਨਹੀਂ ਹੋਣੀ ਚਾਹੀਦੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਕਹਿੰਦਾ ਹੋਇਆ, ਮੈਂ ਆਪ ਦਾ ਬਹੁਤ ਧੰਨਵਾਦੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਕਾਫੀ ਕੁਛ ਪਤਾ ਲੱਗਦਾ ਕਿ ਜਦੋਂ ਸਾਡੇ ਸਾਥੀ ਆਉਂਦੇ ਕਈ, ਅਤੇ ਦੋਸਤੋ ਮੈਂ ਕਹਿੰਦਾ ਕਿ ਜਿਹੜਾ ਸ਼ੇਅਰ ਹੋਲਡਰਾਂ ਦਾ ਜਿਹੜਾ ਨਾ ਪ੍ਰੋਫਿਟ ਹੋਇਆ ਐੱਨ ਐੱਚ ਐੱਸ ਦੇ ਵਿੱਚ 6.7 billion pounds ਉਹਨਾਂ ਨੂੰ ਪ੍ਰੋਫਿਟ ਹੋਇਆ, ਜਿਹੜੇ ਮਾੜੇ ਮੋਟੇ ਨੇ ਹੋ ਰਹੇ, ਇਹ ਵੀ ਸਾਹਮਣੇ ਆਉਂਦਾ ਜਿਹੜਾ ਅਸਲੀਅਤ ਆ ਉਹ ਕੀ ਹੋਊਗੀ। 10 million pounds ਆਏ ਹਫ਼ਤੇ ਉਹਨਾਂ ਨੂੰ ਪ੍ਰੋਫਿਟ ਚਲਿਆਂਦਾ, ਅਤੇ ਐੱਨ ਐੱਚ ਐੱਸ ਫਿਰ ਬਚੂ ਕਿੱਥੋਂ? ਜਸਵਿੰਦਰ ਜੀ ਦੱਸੋ। ਇਹ ਤਾਂ ਜੀ ਕੁਦਰਤੀ ਹੈ ਕਿ ਆਪਾਂ ਕਿਸੇ ਵੀ ਠੇਕੇਦਾਰ ਨੂੰ ਕੋਈ ਠੇਕਾ ਦਿੰਦੇ ਹਾਂ ਅਤੇ ਉਹ ਆਪਣਾ ਮਾਰਜਨ ਦੇ ਵਿੱਚ ਕੱਢੇਗਾ ਹੀ ਨਾ ਪਹਿਲਾਂ। ਇਹ ਤਾਂ ਕੁਦਰਤੀ ਹੈ ਕਿ ਕੋਈ ਵੀ ਬੰਦਾ ਫਰੀ ਖਾਤੇ 'ਤੇ ਕੰਮ ਕਰਨ ਵਾਲਾ ਨਹੀਂ, ਕਿ ਜਿਸ ਬੰਦੇ ਨੇ ਕੋਈ ਟੈਨਸ਼ਨ ਲੈਣੀ ਆ, ਕੋਈ ਮੈਨੇਜਮੈਂਟ ਕਰਨੀ ਆ, ਤਾਂ ਉਹਨੇ ਆਪਣਾ ਪ੍ਰੋਫਿਟ ਜਿੰਨਾ ਵੀ ਵੱਧ ਤੋਂ ਵੱਧ ਉਹਦੇ 'ਚੋਂ ਕਮਾਉਣ ਦੀ ਕੋਸ਼ਿਸ਼ ਕਰਨੀ ਹੈ। ਠੇਕੇਦਾਰੀ ਸਿਸਟਮ ਦੇ ਵਿੱਚ ਤਾਂ ਇਹੀ ਚੀਜ਼ ਹੁੰਦੀ ਆ ਕਿ ਉਹਨੇ ਜਿਹੜੇ ਸਸਤੇ ਕੰਮੇ ਲੱਭਣੇ ਆ। ਹੁਣ ਪਿੱਛੇ ਆਪਾਂ ਦੇਖਦੇ ਰਹੇ ਹਾਂ ਡਾਕਟਰਾਂ ਦੀਆਂ ਹੜਤਾਲਾਂ, ਹੋਰ ਕਿੰਨਾ ਕੁਛ ਹੁੰਦਾ ਰਿਹਾ, ਕਿ ਉਹ ਜਿਹੜਾ ਹੈਗਾ ਕਿ ਵਿੱਚ ਜਿਹੜੇ ਆਪਣਾ ਵਿਚੋਲੇ ਕਹਿ ਸਕਦੇ ਹਾਂ ਜਾਂ ਵਿੱਚ ਜਿਹੜੇ ਹਿੱਸੇਦਾਰ ਆ, ਉਹ ਆਪਣਾ ਪ੍ਰੋਫਿਟ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਉਹ ਲੇਬ ਉਹਦੇ ਨਾਲ ਆਪਾਂ ਇਹ ਵੀ ਆਪਣਾ ਇੱਕ ਵੱਡਾ ਨੁਕਸਾਨ ਹੋਇਆ ਕਿ ਆਮ ਲੇਬਰ ਤੁਹਾਨੂੰ ਤਾਂ ਉਹ ਮਿਹਨਤ ਮਿਲ ਨਹੀਂ ਰਹੇਗੀ, ਉਹ ਜਿਹੜੀ ਲੋਕਾਂ ਦੀ ਜਾਂ ਜਿਹੜੇ ਆਪਣੇ ਆਮ ਵਰਕਰਾਂ ਦੀ ਮਿਹਨਤ ਆ, ਉਹਦੇ ਵਿੱਚੋਂ ਕਟੌਤੀਆਂ ਕਰਕੇ ਉਹਨਾਂ ਤੋਂ ਜ਼ਿਆਦਾ ਜ਼ਿਆਦਾ ਸਮਾਂ ਕੰਮ ਲੈ ਕੇ ਉਹ ਨਾਲੇ ਤਾਂ ਉਹ ਜਿਹੜੇ ਹੁਣ ਇੱਕ ਸਭ ਤੋਂ ਜਿਹੜਾ ਸੈਂਸਿਟਿਵ ਆ ਇਹ ਫੀਲਡ ਹੁੰਦਾ, ਜਿਹਦੇ ਵਿੱਚ ਕਿ ਜਿਹੜੇ ਡਾਕਟਰ ਆ ਜਾਂ ਨਰਸਿਸ ਆ ਜਾਂ ਹੋਰ ਜਿਹੜੇ ਕੰਮ ਕਰਨ ਵਾਲੇ ਲੋਕ ਆ, ਉਹ ਸ਼ਾਂਤ ਚਿੱਤ ਹੋਣੇ ਚਾਹੀਦੇ ਆ, ਉਹਨਾਂ 'ਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਜ਼ਿਆਦਾ। ਪਰ ਜਦੋਂ ਉਹਨਾਂ ਦੀਆਂ ਤਨਖਾਹਾਂ ਕੱਟੀਆਂ ਜਾਣਗੀਆਂ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਊਗਾ, ਤੁਸੀਂ ਘੱਟ। ਹੁਣ ਜਿਸ ਤਰ੍ਹਾਂ ਕਿ ਆਮ ਹੀ ਹੈ ਕਿ ਡਾਕਟਰਾਂ ਨੂੰ ਵੀ ਇੱਕ ਕੋਟਾ ਸਿਸਟਮ ਵਾਂਗ ਕੀਤਾ ਪਿਆ ਇਹਨਾਂ ਨੇ, ਕਿ ਤੁਸੀਂ ਇਹਨੂੰ ਇਦੋਂ ਵੱਧ ਤੁਸੀਂ ਜਿਹੜਾ ਹੈਗਾ ਬਜਟ ਨਹੀਂ ਤੁਹਾਡਾ ਜਾਣਾ ਚਾਹੀਦਾ। ਦਵਾਈਆਂ ਦੇ ਉੱਤੇ ਵੀ ਕਟੌਤੀਆਂ ਕਰਦੇ ਆ, ਉਹ ਅਪੁਆਇੰਟਮੈਂਟਾਂ ਵਗੈਰਾ ਉਹਦੇ ਉੱਤੇ ਵੀ ਇੰਨੇ ਮਰੀਜ਼ ਤੁਸੀਂ ਦੇਖੋ, ਉਹਨਾਂ ਨੂੰ ਜ਼ਿਆਦਾ ਰੈਫਰ ਨਾ ਕਰੋ। ਹੁਣ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ, ਇਹ ਆਮ ਜਨਤਾ ਦਾ ਜਿਹੜਾ ਪੈਸਾ ਉਹਨੂੰ ਬਚਾ ਕੇ ਆਪਣੇ ਅਕਾਊਂਟਾਂ ਵਿੱਚ ਲਿਜਾਣਾ, ਇਹ ਤਾਂ ਸਿੱਧੀ ਸਿੱਧੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਸਿੱਧਾ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਆ। ਔਰ ਜੇ ਅਸੀਂ ਅੱਜ ਖਾਸ ਕਰਕੇ ਮੈਂ ਅੰਕੜੇ ਦੇਖ ਰਿਹਾ ਸੀਗਾ ਕਿ ਆਪਣੇ ਜਿਹੜੇ ਘੱਟੋ ਘੱਟ ਦੱਖਣੀ ਏਸ਼ੀਆਈ ਲੋਕ ਆ, ਜਿਹੜੇ ਕਿ ਆਪਾਂ ਸਾਂਝੀਆਂ ਜ਼ਬਾਨਾਂ ਵੀ ਆਪਣੀਆਂ, ਨੀਅਰਲੀ 25 to 30 lakh ਦੇ ਕਰੀਬ ਇੱਥੇ ਆ, ਔਰ ਮੇਰਾ ਖਿਆਲ ਵਾਲਾ ਨਹੀਂ ਤਾਂ ਘੱਟੋ ਘੱਟ 50-60 ਸੀਟਾਂ ਇਹੋ ਜਿਹੀਆਂ ਹੈ ਜਿਹੜੀਆਂ ਇੰਗਲੈਂਡ ਦੀਆਂ, 600-650 ਦੇ ਵਿੱਚੋਂ, ਜਿਨ੍ਹਾਂ ਦੇ ਉੱਤੇ ਪੂਰਾ ਆਪਣੇ ਏਸ਼ੀਅਨ ਲੋਕਾਂ ਦਾ ਦਬਦਬਾ। ਔਰ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਸਾਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਪਤਾ ਕਿ ਇੱਕ ਬਹੁਤ ਵੱਡਾ ਰੋਲ ਆ ਕਿ ਅਸੀਂ ਜਿਹੜਾ ਅਦਾ ਕਰਦੇ ਹਾਂ ਹਮੇਸ਼ਾ ਰਾਜਨੀਤੀ ਦੇ ਵਿੱਚ। ਪਰ ਸਾਨੂੰ ਉਹੀ ਸਾਡੀਆਂ ਹਜੇ ਵੀ ਉਹੀ ਸੋਚ ਆ ਕਿ ਅਸੀਂ ਕਹਿ ਕੁਆਏ ਦੂਜੇ ਦੇ ਵੋਟ ਪਾਉਂਦੇ ਹਾਂ, ਜਿਸ ਤਰ੍ਹਾਂ ਕਿ ਸਾਡੇ ਪਹਿਲੇ ਕਾਲਰ ਵੀ ਗੱਲ ਕਰਕੇ ਗਏ ਆ ਕਿ ਸਾਨੂੰ ਹਰ ਪਾਰਟੀ ਦੀਆਂ ਜਿਹੜੀਆਂ ਪੋਲਿਸੀਜ਼ ਆ ਉਹਨਾਂ ਨੂੰ ਪੜ੍ਹਨਾ ਚਾਹੀਦਾ ਕਿ ਉਹ ਆਉਣ ਵਾਲੇ ਟਾਈਮ ਕੀ ਕਰਨਾ, ਉਹਨਾਂ ਨੇ ਕਿਹੋ ਜਿਹਾ ਸਾਨੂੰ ਸਿਸਟਮ ਦੇਣ ਬਾਰੇ ਉਹ ਕਹਿ ਰਹੇ ਆ। ਹੁਣ ਇਮੀਗ੍ਰੇਸ਼ਨ 'ਤੇ ਵੀ ਅੱਜ ਕੱਲ੍ਹ ਕਾਫੀ ਤਿੱਖੀ ਗੱਲਬਾਤ ਚੱਲ ਰਹੀ ਆ, ਹੁਣ ਉਹਨਾਂ ਨੂੰ ਸੁਣੋ ਕਿ ਉਹ ਅਗਲੇ ਆਉਣ ਵਾਲੇ 'ਚ ਕਿਹੜੀਆਂ ਇਮੀਗ੍ਰੇਸ਼ਨ ਦੇ ਨਵੇਂ ਲਾਅਜ਼ ਆ ਰਹੇ ਨੇ,
ਹੈਲਥ ਬਾਰੇ ਕਿਹੜੇ ਨਵੇਂ ਆ ਰਹੇ ਨੇ, ਐਜੂਕੇਸ਼ਨ ਬਾਰੇ ਕਿਹੜੀ ਕਿਹੜੀ ਪਾਰਟੀ ਕੀ ਗੱਲ ਕਰ ਰਹੀ ਹੈ, ਕਿਹੜਾ ਕੈਂਡੀਡੇਟ ਆ, ਕਿਉਂਕਿ ਜਿਹੜੇ ਆਪਣੇ ਲੋਕਲ ਕੈਂਡੀਡੇਟ ਆ ਆਪਾਂ ਉਹਨਾਂ ਤੱਕ ਵੀ ਅਪਰੋਚ ਬਹੁਤ ਘੱਟ ਕਰਦੇ ਹਾਂ, ਉਹਨਾਂ ਨੂੰ ਵੀ ਦੇਖੋ ਕਿ ਉਹਨਾਂ ਦਾ ਕਰੈਕਟਰ ਕੀ ਆ, ਉਹ ਅੱਗੇ ਪਾਰਲੀਮੈਂਟ ਵਿੱਚ ਕੀ ਬੋਲੇ ਆ, ਜਾ ਕੇ ਕੀ ਮੁੱਦੇ ਉਠਾਏ ਆ ਉਹਨਾਂ ਨੇ ਤੁਹਾਡੇ ਹਲਕੇ ਦੇ, ਤੁਹਾਡੇ ਏਰੀਏ ਦੇ, ਜਾਂ ਰਾਜਨੀਤਿਕ ਤੌਰ 'ਤੇ ਕਿ ਕਿਹੜੇ ਕਿਹੜੀਆਂ ਉਹਨਾਂ ਨੇ ਚੰਗੇ ਪੁਆਇੰਟ ਲੈ ਕੇ ਆਉਂਦੇ ਆ ਮੂਹਰੇ, ਉਹ ਚੀਜ਼ਾਂ ਤੁਸੀਂ ਜ਼ਰੂਰ ਦੇਖੋ, ਕਿਉਂਕਿ ਵੋਟ ਕਰਨ ਤੋਂ ਪਹਿਲਾਂ ਸਾਨੂੰ ਇਹ ਸਾਰਾ ਕੁਛ ਅਨੈਲਿਸਿਸ ਕਰਕੇ ਫਿਰ, ਕਿਉਂਕਿ ਅਕਸਰ ਕਿਹਾ ਜਾਂਦਾ ਕਿ ਲੋਕਤੰਤਰ ਦੇ ਵਿੱਚ ਸਭ ਤੋਂ ਉੱਤਮ ਜਿਹੜੀ ਵੋਟ ਆ, ਅਤੇ ਜੇ ਵੋਟ ਤੁਸੀਂ ਗਲਤ ਥਾਂ 'ਤੇ ਪਾ ਲਈ ਤਾਂ ਤੁਹਾਡਾ ਆਉਣ ਵਾਲਾ ਤੁਹਾਡਾ ਭਵਿੱਖ, ਤੁਹਾਡੇ ਬੱਚਿਆਂ ਦਾ ਭਵਿੱਖ ਵਿਗੜ ਸਕਦਾ। ਹਾਂਜੀ, ਥੈਂਕ ਯੂ ਜਸਵਿੰਦਰ ਜੀ। ਦੋਸਤੋ, ਹੁਣ ਪੰਜਾਬੀ 'ਚ ਕਹਿੰਦੇ ਵੀ ਕੀ ਕਹੀਏ, ਕੀ ਸੁਣੀਏ। ਅਸਲ ਵਿੱਚ NHS ਨੈਸ਼ਨਲ ਹੈਲਥ ਸਰਵਿਸ, ਤੁਹਾਡੀ ਸਿਹਤ ਨਾਲ ਸੰਬੰਧਿਤ ਜਿਹੜੇ ਹਸਪਤਾਲ ਜਿੱਥੇ ਤੁਹਾਨੂੰ ਦਵਾਈਆਂ ਮਿਲਦੀਆਂ ਸੀ, ਚੈੱਕਅਪ ਹੁੰਦਾ ਸੀਗਾ, ਉਹ ਬੰਦ ਹੋਏ ਅੱਗੇ ਨਾਲੋਂ ਬਹੁਤ ਘੱਟ ਬਣੇ ਨੇ। GP ਦੇ ਤੁਸੀਂ ਜਾਂਦੇ ਹੋ, ਉੱਥੇ ਤੁਹਾਨੂੰ ਕੋਈ ਪੁੱਛਦਾ ਨਹੀਂ, ਟੈਲੀਫੋਨ ਕਰਕੇ ਤੁਹਾਨੂੰ ਹੁਣ ਜਾਣਾ ਪੈਂਦਾ GP ਦੇ। ਹੁਣ ਗੱਲ ਇਹ ਆ ਕਿ ਉਹ ਅਗਲੇ ਵੀ ਇੰਨੇ ਚਲਾਕ ਨੇ ਕਿ ਤੁਹਾਨੂੰ ਪਿਛੜਾ ਦਿੰਦੇ ਨੇ ਕਿ ਅਸੀਂ NHS ਨੂੰ ਮੇਨ ਮੁੱਦਾ ਰੱਖੀਏ, ਅਤੇ ਜਾਂ ਮਹਿੰਗਾਈ ਨੂੰ ਮੇਨ ਮੁੱਦਾ ਰੱਖੀਏ, ਅਤੇ ਜਾਂ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਅੱਗੇ ਰੱਖੀਏ। ਹੁਣ ਤੁਹਾਨੂੰ ਇਹ ਦੇਖਣਾ ਪਊਗਾ ਕਿ ਤੁਹਾਨੂੰ ਇਹਦੇ ਵਿੱਚੋਂ ਕਿਹੜੀ ਚੀਜ਼ਾਂ ਚੰਗੀਆਂ ਜ਼ਰੂਰੀ ਨੇ। ਮੇਰਾ ਖਿਆਲ ਆ ਵੀ ਜਿੰਨਾ ਕੁ ਮੈਂ ਸਮਝ ਸਕਦਾ, ਜਿਹੜੀ ਨੈਸ਼ਨਲ ਹੈਲਥ ਹੈ ਉਹ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਤੁਹਾਡੇ ਬੱਚਿਆਂ ਦੀ ਪੜ੍ਹਾਈ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਆ, ਅਤੇ ਜਿਹੜੀ ਮਹਿੰਗਾਈ ਕੋਵਿਡ ਦੇ ਨਾਂ ਥੱਲੇ ਤੁਹਾਡੇ 'ਤੇ ਠੋਸ ਦਿੱਤੀ ਆ, ਉਸ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਆ। ਜਿਹੜੀਆਂ ਕੋਈ ਵੀ ਜ਼ਿੰਦਗੀ ਦੀ ਕੋਈ ਵੀ ਖਾਣ ਪੀਣ ਚੀਜ਼ਾਂ ਨੇ, ਅਤੇ ਕੀ ਬਿਲਡਿੰਗ ਮਟੀਰੀਅਲ ਆ, ਅਤੇ ਜਾਂ ਤੁਹਾਡੀਆਂ ਘਰਾਂ ਦੀ ਇੰਸ਼ੋਰੈਂਸ, ਤੁਹਾਡੀ ਕਾਰਾਂ ਦੀ ਇੰਸ਼ੋਰੈਂਸ, ਉਹ ਪਿਛਲੇ 3 ਸਾਲਾਂ 'ਚ ਉਹ ਡਬਲ ਹੋ ਗਈਆਂ, ਤੁਸੀਂ ਦੇਖੋ ਡਬਲ ਤੋਂ ਵੀ ਕਈ ਵਾਰ ਜ਼ਿਆਦਾ ਹੋ ਗਈਆਂ। ਕੌਣ ਕਰ ਰਿਹਾ ਉਹਨਾਂ ਨੂੰ, ਉਹ ਕਿਹੜੀਆਂ ਕੰਪਨੀਆਂ ਰਲ ਕੇ, ਕੀ ਉਹ ਇਹਨਾਂ ਜਿਹੜੇ ਮਿਨਿਸਟਰ MP ਸਾਡੇ ਤੁਰੇ ਫਿਰਦੇ ਨੇ, ਸਾਡੇ ਦਰਵਾਜ਼ੇ ਤੁਹਾਡੇ ਦਿਲੀਆਂ ਘਸਾ ਦਿੱਤੀਆਂ, ਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ, ਸਿਰਫ ਉਹ ਕਹਿੰਦੇ 14 ਸਾਲ ਜੀ ਟੋਰੀ ਪਾਰਟੀ ਦੇ, ਉਹ ਆਉਣਗੇ ਉਹ ਕਹਿੰਦੇ 10 ਸਾਲ ਲੇਬਰ ਪਾਰਟੀ ਦੇ, ਉਹ ਸਾਨੂੰ ਇਹੀ ਕਹਿੰਦੇ ਰਹਿੰਦੇ ਨੇ। ਪਰ ਅਸਲ 'ਚ ਤੁਸੀਂ ਸੋਚਣਾ ਹੈ ਕਿ ਅਸਲ 'ਚ ਕੀ ਆ, ਇਹ 'ਚ ਕੋਈ ਸ਼ੱਕ ਨਹੀਂ ਗਾ, ਲੇਬਰ ਪਾਰਟੀ ਨੇ ਇਸ ਮੁਲਕ ਲਈ ਬਹੁਤ ਵਧੀਆ ਕੀਤਾ, ਉਹਨਾਂ ਨੇ ਜਿਹੜੇ ਹੱਕ ਜਿੱਦਾਂ ਚੌਹਾਨ ਜੀ ਨੇ ਦੱਸਿਆ, ਉਹਨਾਂ ਨੇ ਬਹੁਤ ਸਾਡੇ, ਖਾਸ ਕਰਕੇ ਇੰਡੀਅਨ ਕੌਂਟੀਨੈਂਟਲੀ ਸਾਡੇ ਲਈ ਲੇਬਰ ਪਾਰਟੀ ਨੇ ਬਹੁਤ ਕੁਝ ਕੀਤਾ, ਅਤੇ ਜਿਹੜੀ NHS ਆ, ਜਿਹੜਾ ਵੈਲਫੇਅਰ ਸਟੇਟ ਆ, ਜਿਹੜੀ ਜਿਹਦੇ ਵਿੱਚ NHS ਆਉਂਦਾ ਜਾਂ ਹੋਰ DHS ਸੀ ਸਾਰਾ, ਇਹ ਉਸ ਟਾਈਮ 1945 ਦੇ ਵਿੱਚ 48 ਦੇ ਵਿੱਚ ਫਿਕਸ ਕੀਤਾ ਗਿਆ, ਲੇਬਰ ਪਾਰਟੀ ਉਸ ਤੋਂ ਪਾਵਰ ਸੀਗੀ। ਪਰ ਹੁਣ ਫਰਕ ਪੈ ਗਿਆ, ਹੁਣ ਉਹ ਗੱਲ ਨਹੀਂ ਹੈ ਜੇ ਆਪਾਂ ਕਹੀਏ ਵੀ ਉਸ ਤਰ੍ਹਾਂ ਦੀ ਹੈ, ਤੁਹਾਡੇ ਸਾਹਮਣੇ ਆ ਜੋ ਕੁਛ ਹੁੰਦਾ ਪਿਆ, ਤੁਸੀਂ ਡਿਸਾਈਡ ਕਰਨਾ ਕਿ ਕਿਹੜੀ ਚੀਜ਼ ਨੂੰ ਮੁੱਖ ਰੱਖਣਾ, ਜਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਇਹਨਾਂ ਨਾਲ ਗੱਲਬਾਤ ਕਰਨੀ ਆ। ਜਿਹੜੀਆਂ ਐਗਜ਼ਿਟ ਪੋਲ ਆ ਉਹ ਇਹੀ ਕਹਿੰਦਾ ਪਿਆ ਕਿ ਲੇਬਰ ਪਾਰਟੀ ਜਿੱਤ ਰਹੀ ਆ, 372 ਵੋਟਾਂ ਲੈ ਰਹੀ ਹੈ, ਅਤੇ ਤੁਸੀਂ ਹਜੇ ਵੀ ਉਹਨਾਂ ਨੂੰ ਕਹਿ ਸਕਦੇ ਹੋ, ਫੋਰਸ ਕਰ ਸਕਦੇ ਹੋ, ਬੇਸ਼ੱਕ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜਿੱਤਣਾ ਆ, ਪਰ ਫਿਰ ਵੀ ਤੁਸੀਂ ਉਹਨਾਂ ਨੂੰ ਕਹੋ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਆਹ ਮੇਨ ਨੇ, ਉਹਨਾਂ ਗੱਲ ਕੀਤੀ ਜਾਵੇ। ਹਾਂਜੀ, ਕਾਂਸੀ ਟੀਵੀ ਦਾ ਸਵਾਗਤ ਹੈ ਜੀ ਆਪਦਾ। ਹਾਂਜੀ, ਕਾਂਸੀ ਟੀਵੀ ਦੇ ਆਪਦਾ ਸਵਾਗਤ ਹੈ ਜੀ, ਤੁਹਾਡਾ ਸ਼ੁਭ ਨਾਮ? ਜਰਨੈਲ ਸਿੰਘ ਜੀ। ਜਰਨੈਲ ਸਿੰਘ ਜੀ, ਆਇਆਂ ਨੂੰ ਥੈਂਕ ਯੂ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਡੂ ਯੂ ਰਿਮੈਂਬਰ 1980? ਹਾਂਜੀ। ਦੈਟ ਕੰਟਰੀ ਵਾਜ਼ ਬੈਂਕਰਪਟ। ਦੈਨ ਲੇਬਰ ਵਾਜ਼ ਇਨ ਚਾਰਜ। ਅੱਛਾ ਜੀ, ਯੂ ਵਾਂਟ ਟੂ ਸੀ ਸੇਮ ਥਿੰਗ ਅਗੇਨ? ਹਾਂਜੀ, ਯੂ ਵਾਂਟ ਟੂ ਸੀ ਸੇਮ ਥਿੰਗ ਅਗੇਨ? ਸੇ ਅਗੇਨ ਦੈਨ ਯਾ ਕਮ ਔਨ, ਯੂ ਵਾਂਟ ਟੂ ਬੈਂਕਰਪਟ ਕੰਟਰੀ? ਹਾਂ,
ਇਫ ਲੇਬਰ ਕਮ ਦੇਨ ਵੀ ਆਲ ਬੈਂਕਰਪਟ। ਹਾਂਜੀ ਤੁਸੀਂ ਪੰਜਾਬੀ ਬੋਲ ਸਕਦੇ ਹੋ ਜੀ? ਹਾਂਜੀ ਪੰਜਾਬੀ ਬੋਲਦਾ ਮੈਂ। ਹਾਂ ਬਹੁਤ ਪੰਜਾਬੀ 'ਚ ਬੋਲੋ, ਪੰਜਾਬੀ ਟੈਲੀਵਿਜ਼ਨ ਆਪਣਾ ਤਾਂ ਲੋਕ ਵੀ ਸੁਣਨ ਵਾਲੇ ਵੀ ਪੰਜਾਬੀ ਆ। 1980 ਦੇ ਵਿੱਚ ਜੋ ਲੇਬਰ ਨੇ ਕੀਤਾ, ਹਾਂਜੀ ਸਟ੍ਰਾਈਕ ਗੋ ਔਨ, ਸਾਰੀਆਂ ਤਨਖਾਹਾਂ ਅਪ ਹੋ ਗਈਆਂ, ਜਿਹੜੇ ਵਿਹਲੇ ਬੈਠੇ ਉਹਨਾਂ ਨੂੰ ਆਵਾਗੋਂ ਪੈਸੇ ਦੇ ਜਾਊਗੇ ਤਾਂ ਕੌਂਟਰੀ ਵਿਲ ਬੀ ਬੈਂਕਰਪਟ। ਥਿੰਕ ਵਿਦ ਯੂਅਰ ਬ੍ਰੇਨ ਅੰਡਰ ਦੀਸ ਸਰਕਮਸਟਾਂਸਿਸ ਟੋਰੀ ਇਜ਼ ਬੈਸਟ, ਦੈਟਸ ਆਲ ਆਈ ਗੋਟ ਟੂ ਸੇ। ਟੋਰੀ ਕਿੱਦਾਂ ਆ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ ਉਹ ਮਾਰਗਰਟ ਥੈਚਰ ਨੇ 1980 ਦੇ ਵਿੱਚ ਸ਼ੁਰੂ ਕੀਤਾ, 79 ਜਿੱਤ ਕੇ ਉਹਦਾ ਭੁਗਤਾਨ ਅੱਜ ਸਾਰਾ ਇੰਗਲੈਂਡ ਕਰਦਾ ਪਿਆ ਆ। ਜਿਹੜੀਆਂ ਨੈਸ਼ਨਲਾਈਜ਼ ਚੀਜ਼ਾਂ ਸੀ ਸਾਰੀਆਂ ਵੇਚ ਦਿੱਤੀਆਂ, ਅਤੇ ਉਹ ਜਿਹੜਾ ਪ੍ਰੋਫਿਟ ਆ ਜਿਹੜਾ ਅੱਗੇ ਪ੍ਰੋਫਿਟ ਆ ਕੇ ਵਿੱਚ ਕੰਪਨੀਆਂ ਦੇ ਵਿੱਚ ਪੈ ਜਾਂਦਾ ਸੀਗਾ, ਰੇਲਵੇ ਦਾ, ਟੈਲੀਕੋਮ ਦਾ, NHS ਦਾ ਜੋ ਵੀ ਸੀਗਾ ਉਹ ਵਿੱਚ ਆ ਕੇ ਪੈਂਦਾ ਸੀਗਾ। ਅਤੇ ਹੁਣ ਉਹ ਸਾਰਾ ਪ੍ਰਾਈਵੇਟ ਹੱਥਾਂ ਜਾ ਰਿਹਾ, ਸਾਵੇਂ ਉਹ ਵਿੱਚ ਪੈਣਾ ਸੀਗਾ, ਹਾਲ ਸੁਧਰਨੇ ਸੀਗੇ। ਉਹ ਪੈਣਾ ਕਿੱਥੋਂ ਸੀਗਾ 98 ਥਿੰਕ ਕਰ ਲਓ ਉਸ ਵੇਲੇ ਕੀ 98 ਜੀ 98 ਹਾਂਜੀ ਉਸ ਵੇਲੇ ਕੀ ਹੁੰਦਾ? ਹਾਂਜੀ ਨੋਬਡੀ ਕੈਨ ਬੀ ਟੋਨੀ ਬਲੇਅਰ, ਟੋਨੀ ਬਲੇਅਰ ਵਾਸ ਦੀ ਬੈਸਟ। ਟੋਨੀ ਬਲੇਅਰ ਤਾਂ ਬਾਅਦ 'ਚ ਆਇਆ ਜੀ ਬਹੁਤ ਜ਼ਿਆਦਾ, ਹੁਣ ਉਹ ਤਾਂ ਟੋਨੀ ਬਲੇਅਰ ਕੱਲ੍ਹ ਆਇਆ। ਆਪਾਂ ਤਾਂ ਗੱਲ ਜਿੱਥੋਂ ਜਿੱਦਾਂ ਕਹਿੰਦੇ ਨਹਿਰ ਨੂੰ ਟੱਕ ਕਿੱਥੋਂ ਲੱਗਾ, ਨਹਿਰ 'ਚੋਂ ਪਾਣੀ ਜਿਹੜਾ ਪਾਟਣ ਕਿੱਥੋਂ ਪਾਟਿਆ ਆ ਜਿਹਦੇ ਨਾਲ ਸਾਰਾ ਸ਼ਹਿਰ ਪਾਣੀ 'ਚ ਡੁੱਬ ਗਿਆ, ਉਹ ਕਿੱਥੇ ਸੀਗਾ? ਉੱਥੋਂ ਗੱਲ ਸ਼ੁਰੂ ਹੋਣੀ ਹੈ ਨਾ। ਜਿਹੜਾ ਪ੍ਰਾਈਵੇਟਾਈਜ਼ ਜਿਹੜਾ ਕੀਤਾ ਗਿਆ, ਉਹ ਨਿੱਜੀਕਰਨ ਕੀਤਾ ਗਿਆ, ਜਿਹੜਾ ਉਹਦੇ ਨਾਲ ਜਿਹੜਾ ਘਾਟਾ ਪਿਆ ਮੁਲਕ ਨੂੰ, ਟੈਲੀਕੋਮ ਵੇਚਤਾ ਤੁਹਾਨੂੰ ਪਤਾ ਹੋਣਾ, ਬਿਜਲੀ ਵੇਚਤੀ, ਬ੍ਰਿਟਿਸ਼ ਗੈਸ ਵੇਚ ਦਿੱਤੀ ਸਾਰੀ ਲੋਕਾਂ। ਉਸ ਟਾਈਮ ਦੇ ਵਿੱਚ 4-4 ਪਾਉਂਡ ਬਿੱਲ ਆਉਂਦੇ ਸੀ ਲੋਕਾਂ ਦੇ, ਮੈਂ ਬਹੁਤਾ ਪੁਰਾਣਿਆਂ 'ਚੋਂ ਮੈਂ ਵੀ ਹੈ ਨਹੀਂ, ਪਰ ਮੈਂ ਉਹ ਦਿਨ ਦੇਖੇ ਨੇ ਲੋਕਾਂ ਦੇ 13-13 ਬਿੱਲ, 4-4 ਪਾਉਂਡ, 5-5 ਪਾਉਂਡ ਤੋਂ ਲੈ ਕੇ 13-14 ਪਾਉਂਡ ਤੱਕ ਗੈਸ ਦੇ ਬਿੱਲ ਆਉਂਦੇ ਸੀ ਸਾਰੇ। Everybody on the dole, they labor. Any working class, they should vote Tories. ਓਕੇ ਜੀ, ਥੈਂਕ ਯੂ ਤੁਹਾਡਾ ਬਹੁਤ ਵੀਰ ਜੀ, ਬਹੁਤ ਮਿਹਰਬਾਨੀ, ਆਇਆ ਕਰੋ ਜ਼ਰੂਰ, ਮਿਹਰਬਾਨੀ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਦੋਸਤੋ ਤੁਹਾਡੇ ਆਪਣੇ ਵਿਚਾਰ ਨੇ, ਤੁਸੀਂ ਕਿਸ ਨੂੰ ਵੋਟ ਪਾਉਣੀ ਆ ਜ਼ਰੂਰ ਸੋਚ ਕੇ ਪਾਓ। ਆਪਾਂ ਕਿਸੇ ਤੋਂ ਪ੍ਰਭਾਵਿਤ ਨਹੀਂ ਹੋਣਾ, ਟੋਰੀ ਅਤੇ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਜਿਹਦੇ ਵਿੱਚ ਤੁਹਾਨੂੰ ਠੀਕ ਲੱਗਦਾ, ਲਿਬਰਲ ਵੀ ਇੱਥੇ ਹੈਗੇ ਨੇ, ਰਿਫੋਰਮ ਵਾਲਾ ਵੀ ਖੜ੍ਹਾ ਆ ਜਿਹਨੂੰ ਆਪਣੇ ਲੋਕ ਬਿਲਕੁਲ ਪਸੰਦ ਨਹੀਂ ਕਰਦੇ, ਜਿਹਨੂੰ ਰੇਸਿਸਟ ਕਹਿੰਦੇ ਆ, ਅਤੇ ਉਹ ਵੀ ਖੜ੍ਹਾ ਆ, ਉਹਦੀ ਗੱਲਾਂ ਵੀ ਸੁਣਨੀ ਚਾਹੀਦੀਆਂ ਸਾਨੂੰ। ਇਹ ਸਾਰਾ ਕੁਛ ਹੈਗਾ ਜਿਹੜਾ ਰਲ ਕੇ ਤੁਹਾਨੂੰ ਦੇਖਣਾ ਪਊਗਾ। ਅਤੇ ਜੇ ਆਪਾਂ ਉਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਟਾਈਮ ਜਿਹੜੇ ਇੰਡੀਪੈਂਡੈਂਟ ਬਹੁਤ ਖੜ੍ਹੇ ਨੇ। ਹਾਂਜੀ ਹਾਂਜੀ ਜੀ, ਆਇਆਂ ਨੂੰ ਕਾਂਸੀ ਟੀ ਵੀ 'ਤੇ। ਹਾਂਜੀ ਜੈ ਗੁਰਦੇਵ ਭਗਵੰਤ ਜੀ। ਹਾਂਜੀ ਧੰਨ ਗੁਰਦੇਵ ਮਹਾਰਾਜ ਜੀ, ਆਇਆਂ ਨੂੰ ਰਾਜ ਮੰਗਲ ਬੋਲ ਰਿਹਾ ਜੀ। ਹਾਂ ਵਾਹ ਜੀ, ਰਾਜ ਮੰਗਲ ਕੀ ਹਾਲ ਚਾਲ ਨੇ? ਠੀਕ ਹੈ ਜੀ, ਠੀਕ ਹੈ, ਤੁਸੀਂ ਸੁਣਾਓ? ਹਾਂਜੀ ਆਲਰਾਈਟ, ਜਿਹੜਾ ਤੁਹਾਡਾ ਪ੍ਰੀਵੀਅਸ ਕਾਲਰ ਸੀਗਾ, ਓਕੇ, ਉਹਨਾਂ ਨੇ ਕਿਹਾ ਕਿ ਲੇਬਰ ਪਾਰਟੀ ਨੂੰ ਜੇ ਤੁਸੀਂ ਵੋਟ ਪਾਓਗੇ ਬੈਂਕਰਪਟ ਕੰਟਰੀ ਨੂੰ ਕਰ ਦੋਗੇ। ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਇਸ ਵੇਲੇ ਕੀ ਹਾਲਤ ਆ ਇਸ ਕੰਟਰੀ ਦਾ 14 ਸਾਲਾਂ ਬਾਅਦ, ਓਕੇ ਰਾਈਟ, ਨਾ NHS ਸਹੀ ਕੰਮ ਕਰਦੀ, ਨਾ ਪਾਣੀ ਕੰਮ ਕਰਦਾ, ਰਾਈਟ, ਐਂਡ ਕਈ ਚੀਜ਼ਾਂ, ਕੋਈ ਹੈਲਥ ਕੇਅਰ, ਚਾਹੇ ਤੁਸੀਂ ਕਿਸੇ ਸਾਈਡ ਵੀ ਦੇਖ ਲਓ। ਹੁਣ ਦੇਖੋ, ਕੈਮਰਨ ਨੇ ਲਿਆਂਦੀ ਸੀਗੀ ਆਸਟੈਰਿਟੀ, ਓਕੇ, ਮਤਲਬ ਕਿ ਅਜੀ ਚੀਜ਼ਾਂ ਰਨ ਡਾਊਨ ਕਰਨੀਆਂ, ਪੈਸੇ ਘੱਟ ਖਰਚਣੇ ਉਹਨਾਂ ਤੇ, ਲੋਕਾਂ ਦੇ ਬੈਨੀਫਿਟ ਘੱਟ ਕਰਨੇ। ਹਾਂਜੀ ਹਾਂ, ਲੋਕਾਂ ਦੇ ਬੈਨੀਫਿਟ ਘੱਟ ਕਰਨੇ ਆ,
ਜਿਹੜੇ ਪੈਸੇ ਬਚਾਏ ਉਹ ਗਏ ਕਿੱਥੇ? ਰਾਈਟ, ਇਸ ਵੇਲੇ 2 ਟ੍ਰਿਲੀਅਨ ਤੋਂ ਜ਼ਿਆਦਾ ਸਾਡੀ ਆਪਣੀ ਇਸ ਕੰਟਰੀ ਦੀ ਡੈਫਿਸਿਟ ਆ, ਮਤਲਬ ਲੋਨਸ ਆ, 2 ਟ੍ਰਿਲੀਅਨ ਦੇ ਲੋਨਸ ਆ, ਕਿੱਥੇ ਗਏ ਪੈਸੇ ਸਾਰੇ? ਰਾਈਟ, ਕਹਿੰਦੇ ਬੈਂਕਰਪਟ ਕਰਨੀ ਲੇਬਰ ਨੇ. ਹਾਂ, ਮੈਂ ਨੀ ਕਿਸੇ ਸਾਈਡ ਦੀ ਲੈਂਦਾ, ਪਰ ਸੱਚਾਈ ਤਾਂ ਦੇਖੋ, ਸੱਚਾਈ ਤਾਂ ਦੇਖੋ ਕਿ ਅੱਜ ਤੱਕ ਯੂ ਨੋ ਆਸਟੈਰਿਟੀ ਨੇ ਜਿਹੜੇ ਪੈਸੇ ਬਚਾਏ ਉਹ ਗਏ ਕਿੱਥੇ? ਰਾਈਟ, ਐਂਡ ਜੇ ਲਾਉਂਦੇ ਆ ਇਸ ਸਾਈਡ ਤੇ ਕਿ ਪੈਨਡੈਮਿਕ ਤੇ ਇਹ ਜਿਹੜਾ ਦੂਸਰਾ ਲੋਨਸ ਆ, ਜਿਹੜੇ ਬੋਂਡਸ ਆ, ਜਾਂ ਜੋ ਵੀ ਜਿਸ ਤਰੀਕੇ ਨਾਲ ਵੀ ਲਏ ਆ ਗੌਰਮੈਂਟ ਨੇ, ਉਹ ਕਿੱਥੇ ਗਏ? ਉਹ ਪੈਸੇ ਕਿੱਥੇ ਆ? ਯੂਕਰੇਨ ਦੀ ਬਾਹਰ ਤੇ ਗਏ ਆ ਜੀ, ਉਹ ਗਏ ਆ ਯੂਕਰੇਨ ਤਾਂ ਹੁਣ ਹੋਇਆ, ਇਹ ਤਾਂ ਪਹਿਲੋਂ ਹੋਏ ਸੀਗੇ, ਉਸ ਤੋਂ ਪਹਿਲਾਂ. ਹਾਂਜੀ ਹਾਂਜੀ, ਇਹ ਤਾਂ ਪਹਿਲੋਂ ਸੀਗਾ. ਦੇਖੋ, ਜਦੋਂ ਮਾਰਗਰੇਟ ਥੈਚਰ ਨੇ ਹਨਾ ਦੂਸਰਾ ਗੈਸ ਨੂੰ, ਬ੍ਰਿਟਿਸ਼ ਗੈਸ ਨੂੰ ਪ੍ਰਾਈਵੇਟਾਈਜ਼ ਕੀਤਾ, ਉਸ ਤੋਂ ਪਹਿਲੋਂ ਉਹਨ ਕੰਪਲੀਟਲੀ ਰਨ ਡਾਊਨ ਕੀਤਾ. ਜਦੋਂ ਵਾਟਰ ਕੰਪਨੀਜ਼ ਨੂੰ ਪ੍ਰਾਈਵੇਟਾਈਜ਼ ਕੀਤਾ, ਉਦੋਂ ਵੀ ਪੂਰੀ ਰਨ ਡਾਊਨ ਕੀਤਾ, ਹੁਣ ਇਸ ਵੇਲੇ ਐਨਐਚਐਸ ਨੂੰ ਰਨ ਡਾਊਨ ਕਰ ਰਹੇ ਆ. ਐਂਡ ਇਹਦੇ ਵਿੱਚ ਦੇਖੋ, ਪਾਣੀ ਦੇ ਵਿੱਚ ਕਹਿੰਦੇ ਆ ਕਿ ਚੀਜ਼ ਇੰਪਰੂਵ ਤਾਂ ਹੁੰਦੀ ਜੇ ਵਿੱਚ ਕੰਪੀਟੀਸ਼ਨ ਹੋਵੇ. ਪਾਣੀ ਦੇ ਵਿੱਚ ਕਿਹੜਾ ਕੰਪੀਟੀਸ਼ਨ ਆ? ਰੇਲਵੇਜ਼ ਦੇ ਵਿੱਚ ਕਿਹੜਾ ਕੰਪੀਟੀਸ਼ਨ ਆ? ਰਾਈਟ, ਜੇ ਕੰਪੀਟੀਸ਼ਨ ਨੀਗਾ, ਰਾਈਟ, ਇਹਦਾ ਮਤਲਬ ਤੁਸੀਂ ਇਹ ਮੋਨੋਪੋਲੀ ਆ, ਉਹਨਾਂ ਦੇ ਪੈਸੇ ਛਪਾਈ ਜਾਓ, ਛਾਪੀ ਜਾਓ, ਪੈਸੇ ਛਾਪੀ ਜਾਓ. ਰਾਈਟ, ਇਹ ਪਾਲਿਸੀ ਦੇਖੋ, ਮੈਂ ਨਾ ਅਪਨ ਟਿਲ ਕੈਮਰਨ ਮੈਂ ਕੰਸਰਵੇਟਿਵ ਸੀਗਾ. ਜਦੋਂ ਕੈਮਰਨ ਆਇਆ, ਉਸ ਪੁਆਇੰਟ ਤੇ ਮੈਂ ਚੇਂਜ ਕੀਤਾ ਕਰਕੇ, ਜੋ ਬ੍ਰੈਕਸਿਟ ਦਾ ਇਨ ਕੀਤਾ ਸੀਗਾ. ਰਾਈਟ, ਇਸ ਕਰਕੇ ਯੂ ਨੋ ਇਹ ਦੇਖੋ ਤਾਂ ਸਹੀ ਕੀ. ਹੁਣ ਦੇਖੋ, ਹਾਰਡ ਰਾਈਟ ਜੋ ਹੈ ਇਸ ਵੇਲੇ ਚੱਲ ਰਿਹਾ, ਉਹ ਕੰਟਰੋਲ ਕਰ ਰਿਹਾ ਹੈ ਕੰਸਰਵੇਟਿਵ ਪਾਰਟੀ ਨੂੰ, ਕੀ ਕਰ ਰਿਹਾ? ਹਾਂਜੀ ਹਾਂ, ਬਿਲਕੁਲ. ਰਾਈਟ, ਜੇ ਫਰਾਜ ਕਹਿੰਦਾ ਮੈਂ ਇੱਦਾਂ ਕਰਨ ਲੱਗਾ, ਇਹ ਵੀ ਪਿੱਛੇ ਕਹਿੰਦੇ ਅਸੀਂ ਵੀ ਓਦਾਂ ਹੀ ਕਰ ਲੈਣੀ ਆ. ਰਾਈਟ, ਤਾਂ ਕੀ ਇਹ ਇਹਨਾਂ ਨੂੰ ਆਪਣੀ ਜਿਹੜੀ ਕੰਸਟੀਚੁਐਂਸੀ ਦੇ ਮੈਂਬਰ ਦੂਸਰੇ ਲੋਕ ਆ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਾਂ ਫਰਾਜ ਦੀ ਗੱਲ ਸੁਣਨੀ ਚਾਹੀਦੀ? ਐਂਡ ਫਰਾਜ ਦੀ ਗੱਲ ਕਰੀਏ ਆਪਾਂ, ਜੇ ਫਰਾਜ ਦੀ ਗੱਲ ਕਰੀਏ, ਇਹਨ ਜਿਹੜਾ ਲਾਸਟ ਇਹਦਾ ਕੈਂਪੇਨ ਸੀਗਾ ਬ੍ਰੈਕਸਿਟ, ਉਹਦਾ ਕੀ ਫਾਇਦਾ ਹੋਇਆ ਯੂਕੇ ਨੂੰ? ਕਿਹੜਾ ਫਾਇਦਾ ਹੋਇਆ ਯੂਕੇ ਨੂੰ? ਅੱਜ ਤੱਕ ਕੋਈ ਫਾਇਦਾ ਨਹੀਂ ਹੋਇਆ, ਉੱਥੇ ਘਾਟਾ ਹੀ ਪਿਆ ਚਾਹੇ ਮੇਰੇ ਵੀ ਬਿਜ਼ਨਸ ਆ ਇੰਪੋਰਟ ਐਕਸਪੋਰਟ ਦਾ. ਰਾਈਟ, ਤਾਂ ਇਹ ਇੰਪੋਰਟ ਦਾ ਆ. ਰਾਈਟ, ਮੈਨੂੰ ਇੰਨੇ ਪ੍ਰੋਬਲਮਸ ਆਏ, ਮੈਂ ਇੱਥੇ ਤੱਕ ਪਹੁੰਚ ਗਿਆ ਕਿ ਮੈਂ ਉਹ ਬਿਜ਼ਨਸ ਵੇਚ ਦਿੱਤਾ ਕਰਕੇ ਨਹੀਂ ਚੱਲ ਰਿਹਾ ਕੰਮ. ਰਾਈਟ, ਕਿ ਇਹਨਾਂ ਨੇ ਜੋ ਡੈਮੇਜ ਕੀਤਾ, ਐਂਡ ਇਹਨਾਂ ਦਾ ਮੈਸੇਜ ਇਹੀ ਆ, ਕੋਈ ਕਾਨੂੰਨ ਨਾ ਹੋਵੇ. ਰਾਈਟ, ਕੋਈ ਰੂਲਸ ਨਾ ਹੋਵੇ, ਕੋਈ ਚਾਹੇ ਹੈਲਥ ਦੇ ਰੂਲਸ ਆ, ਚਾਹੇ ਕੋਈ ਹੋਰ ਰੂਲਸ ਆ, ਕੋਈ ਨਾ ਹੋਵੇ. ਬਿਜ਼ਨਸ ਜਿੱਦਾਂ ਮਰਜ਼ੀ ਪੈਸੇ ਕਮਾਉਣ. ਹੁਣ ਆਪਾਂ ਨੂੰ ਪਤਾ ਹੀ ਆ, ਇੱਥੇ ਕਈ ਬਿਜ਼ਨਸਮੈਨ ਹੈਗੇ ਆ ਕਿ ਜੋ ਜਿਹੜਾ ਉਹਨਾਂ ਨੇ ਦੇਖਣਾ, ਇਹ ਨਹੀਂ ਦੇਖਣਾ ਕਿ ਕਿਸੇ ਨੂੰ ਹਰਟ ਕਰਦਾ ਜਾਂ ਨਹੀਂ ਕਰਦਾ, ਉਹਨਾਂ ਨੇ ਦੇਖਣਾ ਬਸ ਮੇਰੀ ਜੇਬ 'ਚ ਪੈ ਜਾਵੇ, ਬਸ ਮੇਰੀ ਜੇਬ 'ਚ ਪੈ ਜਾਵੇ. ਹੁਣ ਦੂਸਰੇ ਸਾਈਡ 'ਤੇ ਕਹਿੰਦੇ ਆ ਕਿ ਨਾ, ਮੈਂ ਇਹ ਵੀ ਸੁਣਿਆ ਕਿ ਜੇ ਇੰਨੇ ਪੈਸੇ ਆਪਣੇ ਕੋਲ ਹੈਗੇ ਆ ਤਾਂ ਤੁਸੀਂ ਇਹਦੀ ਹੇਰਾਫੇਰੀ ਕਿਉਂ ਕਰਨੀ? ਆਹ ਜਿਹੜਾ ਸੁਨਕ ਬੱਠਾ ਆ ਜਾਂ ਬਾਕੀ ਹੋਰ ਬੱਠੇ ਆ ਜਿਹੜੇ ਅਮੀਰ ਆ, ਕਿ ਉਹਨਾਂ ਨੂੰ ਹੈ ਨਹੀਂ ਕਿ 100 ਪਾਉਂਡ ਮੇਰੀ ਜੇਬ 'ਚ ਆਵੇ ਜਾਂ 200 ਪਾਉਂਡ ਮੇਰੀ. ਉਹਨਾਂ ਨੂੰ ਪੈਨੀ ਪੈਨੀ ਦਾ ਪਤਾ, ਪੈਨੀ ਪੈਨੀ ਉਹਨਾਂ ਨੂੰ ਉਹ ਮਗਰ ਦੌੜਦੇ ਆ ਉਹ. ਰਾਈਟ, ਜਿੰਨੇ ਮਰਜ਼ੀ ਹੋ ਜਾਣ, ਬੰਦਾ ਕਦੀ ਰਾਜਦਾਨੀ ਦੂਸ ਹੁਣ ਮੁੜ ਕੇ ਆਈਏ ਪੋਲੀਟਿਕਸ 'ਤੇ. ਰਾਈਟ, ਕਿ
ਜੇ ਤਾਂ ਤੁਸੀਂ ਚਾਹੁੰਦੇ ਆ ਅੱਛੀ ਗੱਲ ਇਸ ਕੰਟਰੀ ਲਈ ਰਾਈਟ, ਤਾਂ ਤੁਸੀਂ ਹਿਸਟਰੀ ਨੂੰ ਪਹਿਲਾਂ ਦੇਖੋ ਕਿ ਕੈਨ ਸਾਡੀ ਹੈਲਪ ਕੀਤੀ ਕੈਨ ਨੇ, ਹੁਣ ਦੂਸਰੇ ਸਾਈਡ ਤੇ ਆਪਾਂ ਹੋਰ ਸਾਈਡ ਤੋਂ ਵੀ ਦੇਖ ਲਈਏ ਰਾਈਟ, ਆਪਣੇ ਗੁਰੂਆਂ ਨੇ ਰਾਈਟ ਕਿਹਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਰਾਈਟ, ਛੋਟ ਬੜੇ ਸਭ ਸਮ ਬਸੇ ਕੋਈ ਰਵਿਦਾਸ ਰਹੇ ਪ੍ਰਸੰਨ ਰਾਈਟ। ਤੁਸੀਂ ਇਹ ਇਹ ਜਿਹੜੀ ਇਹ ਗੁਰੂ ਰਵਿਦਾਸ ਜੀ ਦੀ ਪੋਲੀਟੀਕਲ ਸਟੇਟਮੈਂਟ ਸੀ ਕਿ ਮੈਨੂੰ ਇਸ ਤਰ੍ਹਾਂ ਦਾ ਰਾਜ ਚਾਹੀਦਾ, ਇਸ ਤਰ੍ਹਾਂ ਦਾ ਰਹਿਣਾ ਚਾਹੀਦਾ ਆ ਰਾਈਟ। ਰਾਈਟ ਤੁਸੀਂ ਦੇਖੋ ਜਿਹੜੀ ਕਿਹੜੀ ਪਾਰਟੀ ਆ ਰਾਈਟ, ਚਾਹੇ ਉਹ ਕਿਸੇ ਕੋਈ ਵੀ ਪਾਰਟੀ ਆ, ਕਿ ਇਸ ਡਾਇਰੈਕਸ਼ਨ ਦੇ ਵਿੱਚ ਰਲਦੀ ਆ ਰਾਈਟ। ਮੇਰੇ ਖਿਆਲ ਨਾਲ ਜਿਹੜਾ ਕਹਿੰਦਾ ਆ ਕਿ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ, ਯੂ ਨੋ ਜਦੋਂ ਟਰੀਸਾ ਮੇ ਨੇ ਆਪਣੀ ਕੈਂਪੇਨ ਲੜੀ ਸੀ ਉਹ ਕਹਿੰਦੀ ਸੀ ਸਾਰੇ ਇਕੱਠੇ ਆ ਆਪਾਂ, ਸਾਰੇ ਇਕੱਠੇ ਆ ਰਾਈਟ, ਵੇ ਓਲ ਇਟ ਟੁਗੇਦਰ। ਹੁਣ ਤੁਸੀਂ ਦੇਖੋ ਕਿ ਜਿਹੜੇ ਗਰੀਬ ਆ, ਗਰੀਬ ਵੀ ਨਹੀਂ ਤੁਸੀਂ ਦੇਖੋ ਮਿਡਲ ਕਲਾਸ ਦੇਖੋ, ਉਹ ਬੈਰਲੀ ਸਰਵਾਈਵ ਕਰ ਰਿਹਾ ਇਸ ਵੇਲੇ, ਬਹੁਤ ਔਖੇ। ਅਮੀਰ ਆ ਅੱਗੇ ਜਿੱਥੇ ਉਹਨਾਂ ਕੋਲ ਬਿਲੀਅਨ ਸੀ, ਹੁਣ ਉਹ 10 ਬਿਲੀਅਨ ਆ, ਫਿਰ ਕਿੱਦਾਂ ਹੋਏ ਇਹ ਸਾਰੇ ਇਕੱਠੇ ਇੱਕ ਜਿਹੜਾ ਰਾਈਟ, ਕਿੱਦਾਂ ਕਿਹੜੀ ਪੋਲਿਸੀਜ਼ ਆ ਕਿ ਸਾਰਿਆਂ ਨੂੰ ਸੂਟ ਕਰਦੀ ਹੋਵੇ, ਕੋਈ ਪੋਲਿਸੀਜ਼ ਨਹੀਂ ਹੈਗੀਆਂ ਰਾਈਟ। ਜਾਂ ਲਾਸਟ 14 ਸਾਲਾਂ 'ਚ ਆਪਾਂ ਦੇਖ ਲਿਆ ਕਿ ਦੇਰ ਇਜ਼ 2 ਸੋਸਾਇਟੀਜ਼, ਇੱਕ ਆ ਜਿਹੜੀ ਜਿਹੜੀ ਵਰਕਿੰਗ ਕਲਾਸ ਮਿਡਲ ਕਲਾਸ ਆ, ਇੱਕ ਆ ਜਿਹੜੇ ਅਮੀਰ ਆ। ਦੈਟਸ ਦੀ ਓਨਲੀ ਕ੍ਰਾਈਟੇਰੀਆ ਹੈ, ਸਹੀ ਗੱਲ ਤੁਹਾਡੀ ਬਿਲਕੁਲ ਸਹੀ ਹੈ, ਹੋਰ ਕੋਈ ਕ੍ਰਾਈਟੇਰੀਆ ਇੱਥੇ ਹੈ ਨਹੀਂ। ਐਂਡ ਜਿਹੜੇ ਜਿਹੜੇ ਆ ਹੁਣ ਦੇਖਿਆ ਜਾਵੇ ਜਿਹੜੀ ਟੋਈ ਪਾਰਟੀ ਆ, ਉਹ ਸਿਰਫ ਦੇਖਦੀ ਆ ਕਿ ਜਿਹੜੇ ਅਮੀਰ ਆ ਉਹਨਾਂ ਨੂੰ ਪ੍ਰੋਫਿਟ ਮਿਲੇ ਰਾਈਟ, ਉਹਨਾਂ ਨੂੰ ਬੈਨੀਫਿਟ ਮਿਲੇ। ਯੂ ਨੋ ਇਹ ਕਹਿੰਦੇ ਵੈਲਫੇਅਰ ਨੂੰ ਛੋਟਾ ਕਰਨਾ, ਜਿਹੜਾ 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 ਬਿਜ਼ਨਸ ਵੈਲਫੇਅਰ ਆ ਕਰਕੇ ਕਈਆਂ ਨੂੰ, ਹੁਣ ਟਾਟਾ ਨੂੰ ਮਿਲੀਅਨਸ ਦੇ ਵਿੱਚ, ਹੰਡਰਡਸ ਆਫ ਮਿਲੀਅਨਸ ਦੇ ਵਿੱਚ ਇਹਨਾਂ ਨੇ ਦਿੱਤੀ, ਤੇ ਜਿਹੜੀ ਯੂਕੇ ਦੇ ਵਿੱਚ ਵੈਲਫੇਅਰ ਹੋਈ, ਉਹ ਨਹੀਂ ਵੈਲਫੇਅਰ, ਉਹ ਵੀ ਵੈਲਫੇਅਰ ਆ, ਉਹਨੂੰ ਵੀ ਕੱਟ ਕਰਨ, ਹਾਂਜੀ ਅਮੀਰ ਅਮੀਰ ਦੀ ਪਿੱਠ ਖਿਚਾਉਂਦਾ ਆ। ਬਿਲਕੁਲ, ਬਹੁਤ ਬਹੁਤ ਥੈਂਕ ਯੂ ਤੁਹਾਡਾ ਰਾਜਮਨ, ਬਹੁਤ ਵਧੀਆ ਲੱਗਿਆ ਤੁਸੀਂ ਆਏ ਹੋ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਥੈਂਕ ਯੂ। ਦੋਸਤੋ, ਕਾਂਸੀ ਟੀਵੀ 'ਤੇ ਜਿਹੜੇ ਸਾਡੇ ਬੁਲਾਰਿਆਂ ਦੇ ਵਿਚਾਰ ਨੇ, ਚਾਹੇ ਉਹ ਕਿਸੇ ਪਾਸਿਓਂ ਵੀ ਦਿੰਦੇ ਨੇ, ਉਹਨਾਂ ਦੇ ਆਪਣੇ ਵਿਚਾਰ ਨੇ, ਜੇ ਸਾਡੇ ਵਿਚਾਰ ਨੇ ਉਹਨਾਂ ਦਾ ਕਾਂਸੀ ਟੀਵੀ ਦੇ ਨਾਲ ਕੋਈ ਲੈਣ ਦੇਣ ਨਹੀਂ, ਕਾਂਸੀ ਟੀਵੀ ਉਹਨਾਂ ਦੇ ਲਈ ਕੋਈ ਜ਼ਿੰਮੇਵਾਰੀ ਨਹੀਂ, ਜਿਹੜੀ ਸਾਡੇ ਵਿਚਾਰ ਨੇ ਸਾਡੇ ਆਪਣੇ ਪਰਸਨਲ ਸਾਰਿਆਂ ਦੇ ਵਿਚਾਰ ਨੇ। ਹਾਂਜੀ, ਸ਼ੋਰ ਕਾਲ ਲੈ ਲਈ ਆਪਾਂ, ਹਾਂਜੀ ਹਾਂਜੀ, ਕਾਂਸੀ ਟੀਵੀ 'ਤੇ ਸਵਾਗਤ ਹੈ ਜੀ ਆਪਦਾ। ਸਤਿ ਸ਼੍ਰੀ ਅਕਾਲ ਭਗਵੰਤ ਸਿੰਘ, ਇੱਕ ਮਿੰਟ ਵਾਸਤੇ। ਹਾਂਜੀ ਸੁਣ, ਹਾਂਜੀ ਬਿਲਕੁਲ ਬਿਲਕੁਲ, ਮੈਨੂੰ ਪਤਾ ਟਾਈਮ, ਮੈਨੂੰ ਆਉਣਾ ਵੀ ਨਹੀਂ ਚਾਹੀਦਾ ਸੀਗਾ, ਲੇਕਿਨ ਇੱਕ ਦੋ ਗੱਲਾਂ ਹੈਗੀਆਂ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈ, ਹਾਂਜੀ ਟਾਈਮ ਨਹੀਂ ਮਿਲਣਾ। ਅੱਛਾ ਠੀਕ ਆ ਭਗਵੰਤ ਸਿੰਘ, ਜਿਹੜੀ ਸਾਡੇ ਘਰੇਲੂ ਗੱਲਾਂ ਨਾ, ਮਤਲਬ ਜਿਹਨਾਂ ਐਜੂਕੇਸ਼ਨ ਆਫ ਜੋ ਤਾਂ ਮੈਂਸ਼ਨ ਕੀਤਾ, ਇਹਦੇ ਨਾਲੋਂ ਹੋਰ ਵੀ ਜਿਹੜੀਆਂ ਬਹੁਤ ਅਰਜੈਂਟ ਐਂਡ ਇੰਪੋਰਟੈਂਟ ਹੈ ਉਹ ਇਹ ਆ ਕਿ ਯੂਕਰੇਨ ਦੀ ਵਾਰ ਤੇ ਪੈਲਸਟੀਨ ਦੀ ਜਿਹੜੀ ਸਿਚੁਏਸ਼ਨ ਆ, ਔਰ ਇਹ ਵੀ ਸਾਨੂੰ ਦੇਖਣਾ ਪਊਗਾ ਕਿ ਜਿਸ ਵੇਲੇ ਪੈਲਸਟੀਨ ਦੀ ਸੀਜ਼ ਫਾਇਰ ਦਾ ਰੈਜੋਲੂਸ਼ਨ ਪੇਸ਼ ਹੋਇਆ ਸੀਗਾ, ਉਹ ਕਿਹਨਾਂ ਕਿਹਨਾਂ ਲੋਕਾਂ ਨੇ ਸਪੋਰਟ ਕੀਤੀ ਆ। ਮੈਂ ਇਹ ਗੱਲ ਕਹੂੰਗਾ ਵੀ ਭਾਵੇਂ ਉਹ ਲੇਬਰ ਦਾ ਹੋਵੇ, ਚਾਹੇ ਉਹ ਟੋਰੀਆਂ ਦਾ ਹੋਵੇ, ਜਿਸ ਇਨਸਾਨ ਨੇ ਉਹਨਾਂ ਦੀ ਲੋਕਾਂ ਦੀ ਜਿੰਨੋ ਸਾਈਡ ਵਾਸਤੇ ਕੋਈ ਉਹਨਾਂ ਦੇ ਦਿਮਾਗ ਤਰਸ ਨਹੀਂ ਆਇਆ, ਉਸ ਆਰਮੀ ਨੂੰ ਵੋਟ ਪਾਉਣ ਤੋਂ ਬਿਲਕੁਲ ਪਰਹੇਜ਼ ਕਰੋ, ਭਾਵੇਂ ਉਹ ਲੇਬਰ ਦਾ ਹੋਵੇ
ਤੇ ਚਾਹੇ ਉਹ ਟੋਰੀਆਂ ਦਾ ਹੋਵੇ। ਜਿਹਨੂੰ ਮਨੁੱਖਤਾ ਮਨੁੱਖਤਾ ਨਹੀਂ ਫਿਕਰ ਹੈਗਾ ਉਹ ਬੰਦਾ ਹੋਰ ਕੀ ਫਿਕਰ ਕਰੂਗਾ। ਦੂਸਰੀ ਗੱਲ ਭਗਵੰਤ ਸਿੰਘ, ਜਿਹੜੀ ਇਮੀਗ੍ਰੇਸ਼ਨ ਹੈ ਨਾ, ਇਹ ਇਮੀਗ੍ਰੇਸ਼ਨ ਦੋਨਾਂ ਲੀਡਰਾਂ ਕੋਲ ਕੋਈ ਹੱਲ ਨਹੀਂ ਹੈਗਾ। ਲੋਕ ਆਮ ਕਹਿੰਦੇ ਆ ਕਿ ਬਈ ਜਿਹੜਾ ਮਿਸਟਰ ਸਟੈਮਰ ਆ ਇਹਦੇ ਪਾਸ ਜਿਹੜਾ ਇਮੀਗ੍ਰੇਸ਼ਨ ਦਾ ਕੋਈ ਹੱਲ ਨਹੀਂ ਹੈਗਾ। ਹੱਲ ਦੂਸਰਾ ਪਾਸ ਵੀ ਹੈ ਨਹੀਂ ਗਾ, ਇਹ ਵੀ ਨਾਲ ਗੱਲ ਆ। ਇਹ ਇੱਕ ਐਸਾ ਜਿਹਨੂੰ ਇਸ਼ੂ ਬਣ ਚੁੱਕਾ ਇਸ ਵੇਲੇ ਕਿ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਨਾ ਸ਼ਿਪਾਂ 'ਚ ਲੋਕ ਆ ਰਹੇ ਆ ਔਰ ਉਹਨਾਂ ਨੂੰ ਰੱਖਣ ਵਾਸਤੇ ਭਗਵੰਤ ਸਿੰਘ ਤੁਸੀਂ ਦੂਰ ਬੈਠਿਆਂ ਥੋੜ੍ਹੀ ਜਿਹਾ, ਸਾਡੇ ਜਿਹੜੇ ਵਧੀਆ ਤੋਂ ਵਧੀਆ ਲਾ ਕੇ ਕੈਂਟ ਦੇ ਬੈਠ ਸੀਗੇ, ਹੋਟਲ ਸੀ, ਘਰ ਸੀ, ਉਹ ਇਹਨਾਂ ਲੋਕਾਂ ਨਾਲ ਭਰੇ ਪਏ ਆ। ਥੈਂਕ ਯੂ, ਤੁਹਾਡਾ ਚੱਕਰ ਤਾਂ ਨਹੀਂ ਹੈਗਾ ਤੁਹਾਨੂੰ ਦੱਸਣਾ। ਹਾਂਜੀ, ਉਹ ਜਿਹਨਾਂ ਦੇ ਘਰ ਢਾ ਦਿੱਤੇ ਨਾ, ਜਿਹਨਾਂ ਦੇ ਘਰ ਢਾ ਦਿੱਤੇ ਗਏ ਆ, ਉਹ ਲੋਕਾਂ ਨੇ ਇੱਧਰ ਨੂੰ ਆਉਣਾ ਹੁਣ ਜਿਹਨਾਂ ਦੇ। ਹਾਂਜੀ, ਸੋਰੀ ਇੰਟਰਪਟ। ਹਾਂਜੀ ਦੋਸਤੋ, ਕਿ ਜਿਹਨਾਂ ਦਾ ਇੱਕ ਹਕੀਕਤ ਕਿ ਤੁਸੀਂ ਦੇਖਦੇ ਹੋ ਕਿ ਬਹੁਤ ਵੱਡਾ ਸਵਾਲ ਆ ਇਮੀਗ੍ਰੇਸ਼ਨ ਦਾ। ਇਮੀਗ੍ਰੇਸ਼ਨ ਕੰਟਰੋਲ ਹੋਣਾ ਚਾਹੀਦਾ, 'ਚ ਕੋਈ ਸ਼ੱਕ ਨਹੀਂ ਗਾ, ਪਰ ਉਹ ਲੋਕ ਕਾਹਦੇ ਮਜਬੂਰ ਨੇ ਜਿਹਨਾਂ ਦੇ ਘਰ ਇਰਾਕ ਦੇ ਵੋਰ ਦੇ ਦੌਰਾਨ, ਹੁਣ ਫਲਸਤੀਨ ਦੀ ਤੁਸੀਂ ਅਸਾਂ ਰੋਜ਼ ਦੇਖਦੇ ਹੋਗੇ ਤੁਸੀਂ ਕਿਸ ਤਰ੍ਹਾਂ ਬੰਬ ਮਾਰ ਮਾਰ ਕੇ 2 ਮਿਲੀਅਨ ਲੋਕਾਂ ਦੇ ਘਰ ਟਾ ਦਿੱਤੇ ਆ, ਬੇਘਰ ਕਰ ਦਿੱਤੇ ਗਏ ਨੇ, ਉਹ ਲੋਕ ਕਿੱਥੇ ਜਾਣਗੇ? ਇਹ ਤਾਂ ਕੁਦਰਤੀ ਗੱਲ ਹੈ ਵੀ ਉਹਨਾਂ ਨੇ ਇੱਧਰ ਨੂੰ ਮੂੰਹ ਕਰਨਾ, ਜਾਂ ਹੋਰਾਂ ਮੁਲਕਾਂ ਦੇ ਵਿੱਚ ਵੋਰ ਲੱਗੀਆਂ, ਉਹਨਾਂ ਦੇ ਜਿਹੜੇ ਲੋਕ ਬੇਘਰ ਹੋਏ ਨੇ ਉਹ ਇੱਧਰ ਨੂੰ ਆਉਂਦੇ ਨੇ। ਸੋਰੀ, ਅਖੀਰ ਦੇ ਵਿੱਚ ਤੁਸੀਂ। ਹਾਂਜੀ, ਮੈਂ ਜਿਸ ਤਰ੍ਹਾਂ ਵਧੀਆ ਮੁੱਦਾ ਉਠਾ ਕੇ ਗਿਆ, ਇਹ ਗੱਲ ਵੀ ਜ਼ਰੂਰੀ ਹੈ ਕਿ ਸਾਨੂੰ ਇੱਕ ਆਪਣੇ ਉਹਨਾਂ ਜਿਹੜੇ ਐਮ ਪੀਜ਼ ਆ ਉਹਨਾਂ ਰਾਹੀਂ ਇਹ ਗੱਲ ਵੀ ਪਹੁੰਚਾਉਣੀ ਚਾਹੀਦੀ ਕਿ ਸਾਨੂੰ ਇੰਟਰਨੈਸ਼ਨਲ ਮੁੱਦਿਆਂ ਦੇ ਵਿੱਚ ਵੀ ਬਹੁਤ ਸੰਵੇਦਨਸ਼ੀਲ ਹੋ ਕੇ ਹਿੱਸਾ ਲੈਣਾ ਚਾਹੀਦਾ ਸਾਡੀ ਗੌਰਮੈਂਟ ਨੂੰ, ਕਿ ਬਿਨਾਂ ਗੱਲ ਤੋਂ ਹੀ ਕਿਸੇ ਕੰਮ 'ਚ ਵਿੱਚ ਜਾਂ ਕਿਸੇ ਦੇ ਕਹਿ, ਜਿਵੇਂ ਅਸੀਂ ਕਈ ਮੁਲਕਾਂ ਦੇ ਪਿੱਛੇ ਲੱਗ ਕੇ ਕਰ ਰਹੇ ਹਾਂ, ਜਿੱਦਾਂ ਹੁਣ ਅੱਜ ਕੱਲ੍ਹ ਅਮੈਰੀਕਾ ਦਾ ਨਾਂ ਲਿਆ ਜਾਂਦਾ ਕਿ ਇੰਗਲੈਂਡ ਅਮੈਰੀਕਾ ਦੇ ਪਿੱਛੇ ਤੁਰ ਪੈਂਦਾ ਜਿੱਧਰ ਨੂੰ ਮਰਜ਼ੀ ਆ, ਪਰ ਇਹ ਚੀਜ਼ਾਂ ਜਿਹੜੀਆਂ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਵੀ ਬੜੀ ਸੰਜੀਦਾ ਢੰਗ ਨਾਲ ਆਪਣੀ ਗੌਰਮੈਂਟ ਨੂੰ ਹਿੱਸਾ ਲੈਣਾ ਚਾਹੀਦਾ, ਕਿਉਂਕਿ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਪਹਿਲਾਂ ਨੇ, ਜਿਹੜੀਆਂ ਇੰਟਰਨੈਸ਼ਨਲ ਸਮੱਸਿਆਵਾਂ ਉਹ ਬਾਅਦ ਦੇ ਵਿੱਚ ਨੇ, ਕਿਉਂਕਿ ਜੇ ਸਾਡਾ ਘਰੋਂ ਹੀ ਆਪਣੇ ਘਰ ਦੇ ਵਿੱਚ ਅਸੀਂ ਇੰਨੇ ਅਸ਼ਾਂਤ ਹਾਂ ਤਾਂ ਬਾਹਰਲੀ ਸ਼ਾਂਤੀ ਤੋਂ ਅਸੀਂ ਕੀ ਕਰਾਂਗੇ? ਕਿਉਂਕਿ ਬਾਹਰ ਅਸੀਂ ਜਾ ਕੇ ਲੜਾਈਆਂ ਲੜ ਰਹੇ ਹਾਂ, ਪਰ ਸਾਡੀ ਜਿਹੜੀ ਘਰ ਦੀ ਲੜਾਈ ਆ ਉਹਦੇ ਵੱਲ ਸਾਨੂੰ ਜ਼ਿਆਦਾ ਬੇਸਿਕਲੀ ਸਾਡੀ ਗੌਰਮੈਂਟ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ, ਕਿਉਂਕਿ ਇਹ ਗੱਲ ਸਾਨੂੰ ਪਾਰਲੀਮੈਂਟ ਕਾਮਨ ਹਾਊਸ ਆਫ ਕਾਮਨ ਦੇ ਵਿੱਚ ਵੀ ਜਿਹੜੇ ਸਾਡੇ ਐਮ ਪੀਜ਼ ਉਹਨਾਂ ਨੇ ਲੈ ਕੇ ਜਾਣੀਆਂ ਇਹ, ਔਰ ਉਹਨਾਂ ਨੂੰ ਹਮੇਸ਼ਾ ਇਹਨਾਂ ਚੀਜ਼ਾਂ ਲਈ ਤੁਸੀਂ ਆਪ ਮਿਲੋ ਵੀ, ਹੁਣ ਜਦੋਂ ਤੁਹਾਡੇ ਕੋਲ ਤੁਹਾਡੇ ਤੱਕ ਅਪਰੋਚ ਕਰਦੇ ਇਹੋ ਜਿਹੇ ਮੁੱਦੇ ਉਹਨਾਂ ਸਾਹਮਣੇ ਉਠਾਓ ਵੀ, ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਲੋਕ ਅਵੇਅਰ ਆ। ਦੋਸਤੋ, ਸਾਡੇ ਵੱਲੋਂ ਜੇ ਸਾਡੇ ਬੁਲਾਰਿਆਂ ਵੱਲੋਂ ਤੁਹਾਨੂੰ ਕਿਸੇ ਨੂੰ ਤੁਹਾਡਾ ਦਿਲ ਦਿਖਾਇਆ ਹੋਵੇ ਉਸ ਦੇ ਲਈ ਅਸੀਂ ਖਿਮਾ ਦੇ ਜਾ ਚੁੱਕੇ ਹਾਂ। ਵੋਟ ਪਾਉਣ ਜ਼ਰੂਰ ਜਾਓ ਆਪਣੇ, ਇਹ 7 ਤੋਂ 10 ਵਜੇ ਤੱਕ ਕੱਲ੍ਹ ਪਰਸੋਂ ਨੂੰ ਵੋਟਾਂ ਪੈਣੀਆਂ ਨੇ। ਆਪਣੀ ID, ਆਪਣਾ ਪਾਸਪੋਰਟ ਜਾਂ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਕੋਈ ਹੋਰ ਜੇ ਤੁਹਾਡੇ ਕੋਲ ਜਿਸ ਤੁਹਾਡੀ ਫੋਟੋ ਹੋਵੇ, ਤੁਹਾਡੇ ਘਰ ਦਾ ਐਡਰੈਸ ਹੋਵੇ, ਉਹ ਨਾਲ ਲੈ ਕੇ ਜਾਓ ਅਤੇ ਵੋਟ ਪਾਓ। ਅਤੇ ਦੋਸਤੋ, ਇਹ ਦੇਖੋ ਕਿ ਕਿਹੜਾ ਸਾਡਾ ਭਲਾ ਕਰ ਸਕਦਾ, ਕਿਹੜੀ ਲੋਕ ਪੱਖੀ ਕਿਹੜੀ ਪਾਰਟੀ ਆ, ਉਸ ਨੂੰ ਵੋਟ ਪਾਓ, ਆਪਣੇ ਦਿਮਾਗ ਤੋਂ ਕੰਮ ਲਵੋ ਜਿਹੜਾ ਤੁਹਾਨੂੰ ਠੀਕ ਲੱਗਦਾ। ਮੇਰੇ ਵੱਲੋਂ, ਮੇਰੇ ਸਾਥੀ ਜੀ ਵੱਲੋਂ, ਜਸਵਿੰਦਰ ਜੀ ਵੱਲੋਂ, ਆਪ ਸਭ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਰਾਜ਼ੀ ਖੁਸ਼ੀ ਰਹੋ।